कबीर मेरी सिमरनी रसना ऊपर रामा, आद जुगादी सगल भगत ताको सुख विश्राम। कबीर मन निर्मल पया जैसे गंगा नीरा, पाचे लागो हर फिरे कहेत कबीर कबीरा। मेरा सिर झुकदा दाता तेरी खदाई नू, बीत गए जोग अनेक दुनिया बनाई नू, कर दे ने जीव जंत सब तेरी वडियाई नू, धरती आकाश खलारे वेख्या मैंने कंधा तो, मैं ता हैरान मालिका तेरिया रंगा तो, तेरा कोई अंत नहीं आउंदा। लखा पताल बनाए लखा आकाश तो, कैसे ढंग नाल बनाई आपे दिन रात तो, सूरज ते चंद बना के कीता प्रकाश तूं, तेरा दस लेखा किवें सकदा उतार मैं, दुनिया बनाउण वालिया तैथों बलिहार मैं, दुनिया सजाउण वालिया के किथे दस बह के रब्बा तड़िया संसार नूं, हर एक दी वखो वखरी कड़दा नहार नूं, लत्तां बेगिणत लातियां कीड़े कुमियार नूं, तुरदे के जीव वचारे वेख्या बिन टंगा तों, मैं ता हैरान मालका तेरिया रंगा तों, तेरा कोई अंत नहीं आउंदा। नक्शे बै किथे करदाएं जून चारासी दे, पिछे तू मौत खलारी दुनिया दी झाकी दे, निकी जी कीड़ी तेरी लड़जे जे हाथी दे, चल दी ना पेश कोई भी वेखिया विचार मैं, दुनिया बनाउण वालिया तैथों बलिहार मैं, दुनिया सजाउण वालिया। ए मन गया हां मैं तां दाता तेरिया तरतीबानू, आपे अमीर बनावे आपे गरीबानू, सबना दे वखो वखरे लिखदा नसीबानू, गलिया विच रुलदे वेखे सोने वादी चंदा तो, मैं ता हैरान दातिया तेरिया रंगा तो, तेरा कोई अंत नहीं आउंदा। कईआं नूं सूरत देवें सोनी वद फुल्लां तों, दुध चिट्टे दंद कईआं दे नरमे दिया गुल्लां तों, कईआं नूं कोजे कड़िया डाची दिया बुल्लां तों, हुंदा हैरान वेख के ऐसे नुहार मैं, दुनिया बनाउण वालिया तैथों बलिहार मैं, दुनिया सजाउण वालिया। ए कईआं नूं देही देवें सुंदर नरोग तूं, कईआं नूं लाया दाता कोड़ी दा रोग तूं, कईआं दी विच किस्मत दे लिखता भी जोग तूं, प्रीतम तों विछड़ तुर गए रांझे जो चंगा तो, मैं ता हैरान मालका तेरिया रंगा तो, आवे कोई अंत न तेरा। कईआं दी विच किस्मत दे लिख के तेराज तो, वद कंगाला तो भी कीता बर्बाद तो, जिंदा दली पवचारे कीते माथाज तो, चल दी ना पेश कोई भी जित के गया हार मैं, दुनिया बनाउण वालिया तैथों बलिहार मैं, दुनिया सजाउण वालिया।
ਰੰਗ ਬਰੰਗੇ ਕਰਦਾ ਕਲਬੂਤਾਂ ਨੂੰ ਚਿੱਤਰ ਤੇ ਗੁਬਤ ਸੁਣੀ ਦੇ ਲਿਖਦੇ ਕਰਤੂਤਾਂ ਨੂੰ ਕੱਢਣ ਲਈ ਜਾਨ ਬੰਦੇ ਦੀ ਭੇਜੇ ਜਮਦੂਤਾਂ ਨੂੰ ਡਰਦਾ ਦਿਲ ਤਾਈਓ ਤੇਰੇ ਕਰੜੇ ਪ੍ਰਬੰਧਾਂ ਤੋਂ ਮੈਂ ਤਾਂ ਹੈਰਾਨ ਮਾਲਕਾ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਆਵੇ ਹੋ ਜੇ ਤੂੰ ਦਿਲਦਾਰ ਪਿਆਰਾ ਓਲਾ ਕਿਉਂ ਰੱਖਦਾ ਤੂੰ ਰਹਿਣਾ ਵਾਂ ਕਿੱਥੇ ਸਾਈਆਂ ਭੇਤ ਨਹੀਂ ਦੱਸਦਾ ਤੂੰ ਬਾਬੇ ਦੀ ਬਾਣੀ ਕਹਿੰਦੀ ਘੱਟ ਘੱਟ ਵਿੱਚ ਵੱਸਦਾ ਤੂੰ ਥੱਕ ਗਿਆ ਹਾਂ ਢੂੰਡ ਢੂੰਡ ਕੇ ਸਾਰਾ ਸੰਸਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਿਹਾਰ ਮੈਂ ਦੁਨੀਆ ਸਜਾਉਣ ਵਾਲਿਆ। ਅੱਜ ਦੀ ਦੀਵਾਨ ਵਿੱਚ ਇੱਕ ਵਾਰ ਫਿਰ ਆਪਣੇ ਸੱਜਣਾ ਮਿੱਤਰਾਂ ਦੇ ਹੁਕਮ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੀ ਮਹਿਮਾ ਲੈ ਕੇ ਨਿਸ਼ਾਨ ਸਿੰਘ ਚਬਾਲ ਦਾ ਕਵਿਸ਼ੀ ਜਥਾ ਹਾਜ਼ਰ ਹੈ। ਅੱਜ ਦੇ ਦੀਵਾਨ ਨੂੰ ਪੇਸ਼ ਕਰਨ ਦਾ ਹੁਕਮ ਮੇਰੇ ਪਰਮ ਸਤਿਕਾਰਯੋਗ ਮਿੱਤਰ ਵੀਰ ਸਰਬਜੀਤ ਸਿੰਘ ਜੀ ਡਾਲਾ, ਲਖਵਿੰਦਰ ਸਿੰਘ ਜੀ ਨਡਾਲੋ, ਬਾਬਾ ਦਾਨ ਸਿੰਘ ਜੀ ਮਣੀਹਾਲੇ ਵਾਲੇ, ਬਾਬਾ ਗੁਰਬਚਨ ਸਿੰਘ ਜੀ ਔਰ ਗਿਆਨੀ ਸੁਲੱਖਣ ਸਿੰਘ ਜੀ ਗ੍ਰੰਥੀ ਗਿੱਲ ਵੜੈਚ ਵਾਲਿਆਂ ਦੇ ਹੁਕਮ ਦੇ ਨਾਲ ਪੰਜਾਬ ਦੀ ਜਾਨੀ ਪਛਾਣੀ ਕੰਪਨੀ MMC ਵਿੱਚ ਨਿਸ਼ਾਨ ਸਿੰਘ ਚਬਾਲ ਦਾ ਜਥਾ ਇਤਿਹਾਸ ਲੈ ਕੇ ਆਇਆ ਏ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੀਆਂ ਨੇ ਪੰਜਾਬ ਦੀਆਂ ਜਾਨੀਆਂ ਪਛਾਣੀਆਂ ਆਵਾਜ਼ਾਂ ਵੀਰ ਜਸਵੰਤ ਸਿੰਘ ਜੀ ਚੂਸਲੇਵੜ, ਲਖਵਿੰਦਰ ਸਿੰਘ ਜੀ ਸਬਰਾਵਾਂ ਵਾਲੇ, ਅਤੇ ਇਸ ਪ੍ਰਸੰਗ ਨੂੰ ਮੇਰੇ ਉਸਤਾਦਾਂ ਦੀ ਸਮਾਨ ਵੈਦ ਸਵਰਨ ਸਿੰਘ ਭੌੜ ਨੇ ਲਿਖਿਆ ਅਤੇ ਸੱਚਖੰਡ ਵਾਸੀ ਜਰਨੈਲ ਸਿੰਘ ਸਬਰਾਵਾਂ ਵਾਲਿਆਂ ਦੀਆਂ ਕਵਿਤਾ ਇਸ ਪ੍ਰਸੰਗ ਦੇ ਵਿੱਚ ਤੁਸੀਂ ਸੁਣੋਗੇ। ਇਹ ਸਾਰੀਆਂ ਵਿਚਾਰਾਂ ਸੁਣਨ ਤੋਂ ਪਹਿਲਾਂ ਸਾਰੇ ਹੀ ਮਾਈ ਭਾਈ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਨੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਵੜਾ ਆਪਣਾ ਧਿਆਨ ਗੁਰੂ ਦੇ ਚਰਨਾਂ ਦੇ ਨਾਲ ਜੋੜੀਏ। ਗੁਰੂ ਦੀ ਬਖਸ਼ੀ ਹੋਈ ਫਤਿਹ ਹਾਜ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਕਰਿਓ। ਧਰਤੀ 'ਤੇ ਜਦੋਂ ਵੀ ਧਰਮ ਅਤੇ ਸਮਾਜ ਵਿੱਚ ਗਿਰਾਵਟ ਆਈ, ਕਿਸੇ ਵੀ ਪੀਰ ਪੈਗੰਬਰ ਨੇ ਸਮੁੱਚੀ ਮਾਨਵਤਾ ਨੂੰ ਆਪਣੇ ਘੇੜੇ ਵਿੱਚ ਨਹੀਂ ਲਿਆਂਦਾ। ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਇੱਕ ਮੁਕੰਮਲ ਫਲਸਫਾ ਦਿੱਤਾ, ਜਿਸ ਦਾ ਉਪਦੇਸ਼ ਗਰੀਬਾਂ ਅਤੇ ਅਮੀਰਾਂ ਦੀ ਕਾਇਆ ਕਲਪ ਕਰਨਾ ਸੀ, ਸਰਬ ਪੱਖੀ ਇਨਕਲਾਬ ਲਿਆਉਣਾ ਸੀ। ਉਸ ਸਮੇਂ ਦੇ ਸਾਧਨ ਅੱਜ ਵਰਗੇ ਨਹੀਂ ਸੀ, ਫਿਰ ਵੀ ਦੇਸ਼ ਦੁਸ਼ੰਤਰਾਂ ਵਿੱਚ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਗੈਰ ਸਿੱਖ ਲਖਾੜੀਆਂ ਦੀ ਕਲਮ ਤੋਂ ਸੱਚ ਸਾਹਮਣੇ ਆਉਂਦਾ ਹੈ। ਭੁੱਲੇ ਭਟਕੇ ਲੋਕਾਂ ਨੂੰ, 3 ਕਰੋੜ ਤੋਂ ਵੱਧ ਲੋਕਾਂ ਨੂੰ ਗੁਰਮਤਿ ਦੇ ਧਾਰਨੀ ਬਣਾਇਆ। ਭਾਈ ਗੁਰਦਾਸ ਜੀ ਗੁਰੂ ਜੀ ਦੇ ਮਹਾਨ ਕਾਰਜਾਂ ਦਾ ਵਰਣਨ ਕਰਦੇ ਨੇ। ਬਾਬੇ ਭੇਖ ਬਣਾਇਆ, ਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲਕਾਈ। ਬਾਬਾ ਨਾਨਕ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਜੀ ਦੇ ਸ਼ਬਦ ਦੇ ਨਾਲ ਜੋੜਿਆ ਔਰ ਜਿੱਥੇ ਗੁਰਮਤਿ ਦਾ ਰਾਸਤਾ ਦੱਸਿਆ ਉੱਥੇ ਬਾਬਰ ਦੇ ਜ਼ੁਲਮ ਵੇਖ ਕੇ ਆਖਣ ਦੀ ਜੁਰਤ ਕੀਤੀ, ਪਾਪ ਕੀ ਜੰਝ ਲੈ ਕਾਬਲ ਉਤਾਇਆ, ਜੋੜੀ ਮੰਗੇ ਦਾਨਵੇ ਲਾਲੋ ਬੇਦੀ ਬੰਸ ਦੇ ਪੜਪਕਾੜਾਂ ਨੂੰ ਅੱਗੇ ਤੋੜਨ ਵਾਸਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰ ਭਾਦੋਂ ਸੁਦੀ ਨੌਵੀਂ ਸੰਬਤ 1551 ਨੂੰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਬਾ ਸ੍ਰੀ ਚੰਦ ਜੀ ਦਾ ਪ੍ਰਗਾਸ਼ ਹੋਇਆ। ਸ੍ਰੀ ਚੰਦ ਜੀ ਆਪ ਤੋਂ ਚੰਦ ਸਦਕੇ, ਸ੍ਰੀ ਚੰਦ ਜੀ ਆਪ ਜੀ ਤੋਂ ਚੰਦ ਸਦਕੇ ਸੁਲੱਖਣੀ ਮਾਂ ਦੀ ਕੁੱਖ ਨੂੰ ਠਾੜਿਆ ਏ। ਭੂਆ ਨਾਨਕੀ ਵੇਖਣੇ ਵਾਲ ਹੋਈ, ਉਸ ਘਰ ਨੂੰ ਤੁਸਾਂ ਸ਼ਿੰਗਾਰਿਆ ਏ। ਸੁਲਤਾਨਪੁਰ ਦੀ ਧਰਤੀ 'ਤੇ ਜਨਮ ਲੈ ਕੇ ਬੇੜਾ ਡੁੱਬਦਾ ਲੋਕਾਂ ਦਾ ਤਾੜਿਆ ਏ। ਗੁਰੂ ਨਾਨਕ ਦੇ ਘਰ ਵਿੱਚ ਸ਼ਿਵਾ ਆਇਆ, ਜਿਹਨੇ 5 ਵਕਾੜਾਂ ਨੂੰ ਮਾਰਿਆ ਹੈ, ਮੁੰਦਰਾ ਮਾਸ ਦਾ ਕੰਨਾਂ ਵਿੱਚ ਸੋਮਦਾ ਏ, ਭਾਗਾਂ ਵਾਲਿਆਂ ਕੀਤਾ ਦਦਾੜਿਆ ਏ। ਸੁੰਦਰ ਬਾਵੜੀਆਂ ਸ਼ਿਵਾ ਦਾ ਰੂਪ ਦੱਸਣ ਭੌੜਾ ਤੱਕ ਕੇ ਜਨਮ ਸਵਾਰਿਆ ਹੈ। ਉਸ ਵੇਲੇ ਅਰਸ਼ ਫਰਸ਼ ਇਸ ਤਰ੍ਹਾਂ ਨੂੜੋ ਨੂੜ ਹੋਇਆ। ਉਸ ਵੇਲੇ ਦੇ ਹਾਲਾਤ ਨੂੰ ਮੇਰੇ ਨਾਲ ਦੇ ਸਾਥੀ ਵੀਰ ਜਸਵੰਤ ਸਿੰਘ ਚੂਸਲੇਵੜ, ਲਖਵਿੰਦਰ ਸਿੰਘ ਜੀ ਸਬੜਾ ਇਉਂ ਬਿਆਨ ਕਰਦੇ ਨੇ। ਸੰਮਤ 1551 ਭਾਦੋਂ ਸੁਦੀ ਨੌਵੀਂ ਸੀ, ਦਿਨ ਸੀ ਐਤਵਾਰ ਦਾ, ਭਾਗਾਂ ਭਰਿਆ ਆਇਆ।
ਸੁਨਹਿਰੀ ਬਾਬਰੀਆਂ ਤੇ ਕੰਨ ਵਿੱਚ ਮੁੰਦਰਾ ਮਾਸਦਾ ਘਰ ਸੁਲੱਖਣੀ ਮਾਤਾ ਭਾਗ ਵਾਹਿਗੁਰੂ ਲਾਇਆ ਏਡਾ ਦੀ ਤ੍ਰਿਪਤਾ ਤਾਈ ਖਬਰਾਂ ਜਦ ਸੀ ਪਹੁੰਚ ਗਈਆਂ ਬਾਬੇ ਕਾਲੂ ਜੀ ਨੂੰ ਬਾਹਰੋਂ ਝੱਟ ਮੰਗਵਾਇਆ ਇਹ ਲੱਖ ਲੱਖ ਹੋਣ ਵਧਾਈਆਂ ਤੁਹਾਨੂੰ ਅੱਜ ਪਟਵਾਰੀ ਜੀ ਆਇਆ ਘਰ ਪੋਤਰਾ ਜੱਗ ਤੋਂ ਰੂਪ ਸਵਾਇਆ ਉਦੋਂ ਠੰਡ ਵਰਤ ਗਈ ਜਨਮ ਲਿਆ ਭਗਵਾਨ ਨੇ ਲਿਖਿਆ ਵਿੱਚ ਇਤਿਹਾਸਾਂ ਭਰਮ ਨਾ ਕਰਨਾ ਕਾਈ ਸੁਲਤਾਨਪੁਰ ਦੀ ਧਰਤੀ ਜਨਮ ਲਿਆ ਸ੍ਰੀ ਚੰਦਰ ਜੀ ਮਾਤਾ ਸੁਲੱਖਣੀ ਤਾਈ ਲੋਕੀ ਦੇਣ ਵਧਾਈ ਨਾਨਾ ਮੂਲ ਚੰਦ ਤੇ ਨਾਨੀ ਚੰਦੋ ਰਾਣੀ ਸੀ ਸੁਣਨ ਸਾਰੇ ਉਹਨਾਂ ਕਰ ਲਈ ਝੱਟ ਤਿਆਰੀ ਸੁਲਤਾਨਪੁਰ ਦੇ ਬੱਲੇ ਉਹਨਾਂ ਕੱਤ ਬਹੀਰ ਲਈ ਕਰਨਾ ਦਾਨ ਜਿਹੜਾ ਪੰਡ ਬੰਨ ਲਈ ਭਾਰੀ ਸਾਡੀ ਧੀ ਸੁਲੱਖਣੀ ਕਰਮਾਂ ਵਾਲੀ ਬੱਚੀ ਦੇ ਸਾਡੀ ਧੀ ਸੁਲੱਖਣੀ ਕਰਮਾਂ ਵਾਲੀ ਬੱਚੀ ਦੇ ਲਾਇਆ ਭਾਗ ਰੱਬ ਨੇ ਵਾਹਿਗੁਰੂ ਬਖਸ਼ੀ ਦਾਤ ਪਿਆਰੀ ਲਾਇਆ ਭਾਗ ਵਾਹਿਗੁਰੂ ਬਖਸ਼ੀ ਦਾਤ ਪਿਆਰੀ ਇਹ ਪੁੱਤਰਾਂ ਬਾਜੋਂ ਨਹੀਂ ਜੇ ਧੀਆਂ ਕਦੇ ਵੀ ਸੌਂਦੀਆਂ ਘੜੀ ਸੁਲੱਖਣੀ ਆਈ ਜਾਵਾਂ ਸਦਕੇ ਵਾਰੀ ਇਹ ਭੂਆ ਨਾਨਕੀ ਦਾ ਜਦ ਦਰਵਾਜ਼ਾ ਖੜਕ ਗਿਆ ਲੈ ਕੇ ਕੁੰਭ ਤੇਲ ਤੇ ਪਹੁੰਚੇ ਮੇਰੇ ਨਾਈ ਸੁਲਤਾਨਪੁਰ ਦੀ ਧਰਤੀ ਜਨਮ ਲਿਆ ਸ੍ਰੀ ਚੰਦਰ ਜੀ ਮਾਤਾ ਸੁਲੱਖਣੀ ਤਾਈ ਲੋਕੀ ਦੇਣ ਵਧਾਈ ਭੂਆ ਨਾਨਕੀ ਤੇ ਫੁੱਫੜ ਜੀ ਜੈ ਰਾਮ ਦੇ ਚਿਹਰੇ ਚਮਕ ਰਹੇ ਸੀ ਲਾਏ ਬਿਨਾ ਗਲਾਲੀ ਦੇ ਸਾਨੂੰ ਹੋਣ ਵਧਾਈਆਂ ਉੱਤਰ ਦੇਣ ਵਧਾਈ ਦੇ ਸੋਹਣੇ ਮੁੱਖ ਚਮਕਦੇ ਫੁੱਲ ਖਿੜੇ ਜਿਉਂ ਡਾਲੀ ਦੇ ਸੁੰਦਰ ਮੁੱਖ ਵੇਖ ਕੇ ਭੂਆ ਕਹਿੰਦੀ ਪਤੀ ਜੀ ਇਹੋ ਰੂਪ ਰੱਬ ਦਾ ਵੇਖੋ ਨਾਲ ਖਿਆਲੀ ਦੇ ਇਹ ਵੇਖਣ ਵਿੱਚ ਜਾਪਦਾ ਸ਼ਿਵ ਜੀ ਆਏ ਆਪਣੇ ਵੇਖਣ ਵਿੱਚ ਜਾਪਦਾ ਸ਼ਿਵ ਜੀ ਆਏ ਆਪਣੇ ਪੂਰੇ ਬਚਨ ਕਰਨਗੇ ਦਰ ਤੇ ਆਏ ਸਵਾਲੀ ਦੇ ਇਹ ਮੈਨੂੰ ਇੰਜ ਜਾਪਦਾ ਦੀਨ ਦੁਨੀ ਦੇ ਵਾਲੀ ਨੇ ਰੇਖਾ ਮੱਥੇ ਵਾਲੀ ਦੇ ਰਹੀ ਸੁੰਦਰ ਗਵਾਹੀ ਰੇਖਾ ਮੱਥੇ ਵਾਲੀ ਦੇ ਰਹੀ ਸੁੰਦਰ ਗਵਾਹੀ ਸੁਲਤਾਨਪੁਰ ਦੀ ਧਰਤੀ ਜਨਮ ਲਿਆ ਸ੍ਰੀ ਚੰਦਰ ਜੀ ਮਾਤਾ ਸੁਲੱਖਣੀ ਤਾਈ ਲੋਕੀ ਦੇਣ ਵਧਾਈ ਤੇ ਸੱਦ ਹਰ ਦਿਆਲ ਪਿੰਡ ਤੋਂ ਟੇਵਾ ਜਦੋਂ ਲਗਾਇਆ ਸੀ ਇਹ ਗੱਲ ਦੱਸੋ ਪੰਡਤ ਜੀ ਕੰਮ ਕਰੂਗਾ ਕਿਹੜੇ ਆ ਮੇਰੇ ਕੁੰਡਲੀਆਂ ਤੇ ਟੇਵਾ ਲਾ ਹਰ ਦਿਆਲ ਜੀ ਮੇਰੇ ਕੁੰਡਲੀਆਂ ਤੇ ਟੇਵਾ ਲਾ ਹਰ ਦਿਆਲ ਜੀ ਪਾਪੀ ਲੋਕਾਂ ਦੇ ਤਾਰੂ ਡੁੱਬਦੇ ਬੇੜੇ ਇਹ ਜੀ ਇਹ ਸਾਰੀ ਉਮਰ ਇਹ ਸਦੀ ਬਾਜਤੀ ਵਿੱਚ ਬੀਤੇਗੀ ਕਾਮ ਕ੍ਰੋਧ ਲੋਭ ਦੇ ਜਾਓ ਕਦੇ ਨਾ ਨੇੜੇ ਜੀ ਉੱਤੇ ਪਾਣੀ ਦੇ ਇਹ ਪੱਥਰ ਵੀ ਤਰਾਵੇਗਾ ਉੱਤੇ ਪਾਣੀ ਦੇ ਇਹ ਪੱਥਰ ਵੀ ਤਰਾਵੇਗਾ ਉੱਜੜ ਜਾਣ ਵਾਲਿਆਂ ਦੇ ਘਰੋਂ ਲਿਆਓ ਖੇੜੇ ਉੱਜੜ ਜਾਣ ਵਾਲਿਆਂ ਦੇ ਘਰੀ ਲਿਆਓ ਖੇੜੇ ਜੀ ਸੋਹਣੇ ਚੰਬੇ ਉੱਤੇ ਗੂੰਜ ਪੌਰ ਬਣ ਪਾਵੇਗਾ ਹੰਕਾਰੀ ਬੰਦੇ ਜਿਹੜੇ ਉਸ ਦੀ ਕਰੂ ਸਫਾਈ ਸੁਲਤਾਨਪੁਰ ਦੀ ਧਰਤੀ ਜਨਮ ਲਿਆ ਸ੍ਰੀ ਚੰਦਰ ਜੀ ਮਾਤਾ ਸੁਲੱਖਣੀ ਤਾਈ ਲੋਕੀ ਦੇਣ ਵਧਾਈ ਮਾਤਾ ਸੁਲੱਖਣੀ ਤਾਈ ਲੋਕੀ ਦੇਣ ਵਧਾਈ ਭਾਈਆ ਜੈੜਾ ਮਣੀ ਇਸ ਬਾਲਕ ਦੇ ਜਨਮ ਦੀ ਖੁਸ਼ੀ ਦੀ ਖਬਰ ਨਾਨਕੇ ਪਰਿਵਾਰ ਨੂੰ ਪੱਖੋ ਕੇ ਬਟਾਲੇ ਭੇਜ ਦਿੱਤੀ ਹੈ ਨਾਨਾ ਮੂਲ ਚੰਦ
ਅਤੇ ਨਾਨੀ ਚੰਦੋ ਰਾਣੀ ਜੀ ਸੁਲਤਾਨਪੁਰ ਪਹੁੰਚ ਗਏ। ਦੋਤੜੇ ਦੇ ਦਰਸ਼ਨ ਕਰਕੇ ਨਦਰੋ ਨਦਰ ਨਿਹਾਲ ਹੋ ਗਏ, ਦਿਲ ਖੋਲ੍ਹ ਕੇ ਗਰੀਬਾਂ ਨੂੰ ਦਾਨ ਕੀਤਾ। ਬਾਬਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਪੋਤੜੇ ਦੇ ਦਰਸ਼ਨ ਕਰਕੇ ਬੜੇ ਖੁਸ਼ ਹੋਏ, ਕੰਨਾਂ ਵਿੱਚ ਕੁਦਰਤੀ ਮਾਸ ਦਾ ਮੁੰਦੜਾ ਵੇਖਿਆ, ਸਿਰ 'ਤੇ ਸੁਨਹਿਰੀ ਸੁੰਦਰ ਬਾਵੜੀਆਂ ਵੇਖ ਕੇ ਕਿਹਾ, ਪਤੀ ਜੀ ਮੈਨੂੰ ਤਾਂ ਇੰਝ ਜਾਪਦਾ ਇਹ ਕੋਈ ਵਲੀ ਪੀਰ ਆਪਣੇ ਘਰ ਵਿੱਚ ਜਨਮ ਲੈ ਕੇ ਆਇਆ ਹੈ। ਨਾਨਾ ਮੂਲ ਚੰਦ ਅਤੇ ਨਾਨੀ ਚੰਦੋ ਰਾਣੀ ਜੀ ਵੀ ਇਹੋ ਵਿਚਾਰਾਂ ਕਰਦੇ ਨੇ ਕਿ ਇਹੋ ਜਿਹੇ ਨੂੜੀ ਮੁਖੜੇ ਵਾਲੇ ਬਾਲਕ ਦੇ ਅੱਗੇ ਕਦੇ ਦਰਸ਼ਨ ਨਹੀਂ ਕੀਤੇ। ਪੰਡਿਤ ਹਰਦਿਆਲ ਨੇ ਜਨਮ ਕੁੰਡਲੀ ਦੇ ਜੋ ਟੇਵੇ ਦੱਸੇ, ਨਾਨਕੇ ਅਤੇ ਦਾਦਕਿਆਂ ਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਸਾਡੇ ਜੋ ਵਿਚਾਰ ਨੇ ਉਹੋ ਹੀ ਪੰਡਿਤ ਹਰਦਿਆਲ ਨੇ ਦੱਸ ਦਿੱਤੇ। ਇਹੋ ਕੈਲਾਸ਼ ਪਰਬਤ ਤੋਂ ਭੋਲੇ ਸ਼ਿਵਾ ਜੀ ਜਨਮ ਧਾਰ ਕੇ ਆਪ ਆਏ ਨੇ। ਪੰਡਿਤ ਨੇ ਨਾਮ ਸ੍ਰੀ ਚੰਦ ਰੱਖ ਦਿੱਤਾ। ਨਾਨਕਿਆਂ ਨੇ ਦਾਦਕਿਆਂ ਨੇ ਦਿਲ ਖੋਲ੍ਹ ਕੇ ਜਿੱਥੇ ਗਰੀਬਾਂ ਨੂੰ ਦਾਨ ਦਿੱਤਾ, ਉੱਥੇ ਪੰਡਿਤ ਹਰਦਿਆਲ ਨੂੰ ਮਾਲੋ ਮਾਲ ਕਰਕੇ ਘਰ ਵਿੱਚੋਂ ਵਿਦਾ ਕੀਤਾ ਹੈ। ਮਾਤਾ ਸੁਲੱਖਣੀ ਜੀ ਸ੍ਰੀ ਚੰਦ ਨੂੰ ਪੰਗੂੜੇ ਵਿੱਚ ਪਾ ਕੇ ਲੋਹੜੀਆਂ ਦੇਣ ਲੱਗੇ। ਪੁੱਤਰ ਦੇ ਦਰਸ਼ਨਾਂ ਵਿੱਚੋਂ ਸ਼ਿਵ ਭਗਵਾਨ ਦੇ ਦਰਸ਼ਨ ਹੋਏ। ਜਦੋਂ 4-5 ਸਾਲ ਦੀ ਉਮਰ ਹੋਈ, ਸੁਲਤਾਨਪੁਰ ਭੂਆ ਨਾਨਕੀ ਜੀ ਦੀ ਘਰ ਦੀ ਡਿਓੜੀ ਵਿੱਚ ਖੇਡ ਵਿੱਚ ਮਸਤ ਸਨ। ਉਸ ਵੇਲੇ ਇੱਕ ਸਾਧੂ ਆ ਗਿਆ, ਉਸ ਦੇ ਹੱਥ ਵਿੱਚ ਕਾਲੇ ਰੰਗ ਦਾ ਕਾਸਾ ਸੀ। ਬੇਬੇ ਨਾਨਕੀ ਦੇ ਦਰਵਾਜ਼ੇ ਦੇ ਮੂਹਰੇ ਖਲੋ ਕੇ ਪਿੱਛਿਆ ਵਾਸਤੇ ਬੇਨਤੀ ਜਿਵੇਂ ਕੀਤੀ, ਉਸ ਵੇਲੇ ਦੇ ਨਕਸ਼ੇ ਨੂੰ ਇਉਂ ਬਿਆਨ ਕੀਤਾ ਜਾ ਰਿਹਾ। ਨਾਨਕੀ ਦੁਆਰੇ ਇੱਕ ਸਾਧੂ ਆਇਆ ਹੈ, ਓਮ ਨਮੋ ਆਖੇ ਜਫਰ ਮਾਇਆ ਹੈ, ਓਮ ਨਮੋ ਆਖੇ ਜਫਰ ਮਾਇਆ ਹੈ। ਲੰਗਰ ਸਜਾਉਣਾ ਆਸਾਨ ਹੈ ਸ਼ਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਇਹ ਨਾਨਕੀ ਦੁਆਰੇ ਇੱਕ ਸਾਧੂ ਆਇਆ ਹੈ, ਓਮ ਨਮੋ ਆਖੇ ਜਫੁਰ ਮਾਇਆ ਹੈ, ਓਮ ਨਮੋ ਆਖੇ ਜਫੁਰ ਮਾਇਆ ਹੈ। ਲੰਗਰ ਸਜਾਉਣਾ ਆਸਾਨ ਹੈ ਸ਼ਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਇਹ ਖੁਸ਼ੀਆਂ ਨਾਲ ਤੁਹਾਡੇ ਭਰਨਗੇ ਭੰਡਾਰੇ ਜੀ, ਮੁੱਖ ਵਿੱਚੋਂ ਬਾਬਾ ਬਚਨ ਉਚਾਰੇ ਜੀ, ਮੁੱਖ ਵਿੱਚੋਂ ਬਾਬਾ ਬਚਨ ਉਚਾਰੇ ਜੀ। ਚੜ ਜਾਊ ਉਸ ਘਰ ਰੰਗ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਸ਼ਰਧਾ ਨਾਲ ਸਾਧੂਆਂ ਨੂੰ ਦੇਵੇ ਦਾਨ ਜੋ, ਹੋਵਣਗੇ ਪੂਰੇ ਬੋਲ ਦੀ ਜ਼ਬਾਨ ਜੋ, ਹੋਵਣਗੇ ਪੂਰੇ ਬੋਲ ਦੀ ਜ਼ਬਾਨ ਜੋ। ਓ ਪਾ ਦਿਓ ਐਸਾ ਲੰਗਰਾਂ ਚ ਦਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਘਿਓ ਆਟਾ ਦਾਲ ਸੰਤਾਂ ਨੂੰ ਪਾ ਦਿਓ, ਚੌਲਾਂ ਦਾ ਵੀ ਗੱਫਾ ਨਾਲ ਹੀ ਲਿਆ ਦਿਓ, ਚੌਲਾਂ ਦਾ ਵੀ ਗੱਫਾ ਨਾਲ ਹੀ ਲਿਆ ਦਿਓ। ਉਹ ਤੁਹਾਡਾ ਦਿੱਤਾ ਦਾਨ ਬਿਰਥਾ ਨਾ ਜਾਵਦਾ, ਤੁਹਾਡਾ ਦਿੱਤਾ ਦਾਨ ਬਿਰਥਾ ਨਹੀਂ ਜਾਵਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਇਹ ਸ਼ੋਧੀ ਕਿਉਂ ਕਪਿਲਾ ਦਾ ਸਾਨੂੰ ਚਾਹੀਦਾ, ਜੋਤ ਵਿੱਚ ਪਾ ਕੇ ਉਸ ਨੂੰ ਜਗਾਈਦਾ, ਜੋਤ ਵਿੱਚ ਪਾ ਕੇ ਉਸ ਨੂੰ ਜਗਾਈਦਾ। ਗਰੀਬ ਤੇ ਅਮੀਰ ਲੰਗਰ 'ਚ ਆਵਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਇਹ ਮਾਇਆ ਨਾਲ ਤੁਹਾਡਾ ਕਾਰ ਭਾਰ ਪੂਰ ਹੈ, ਰਾਮ ਨਾਮ ਵਾਲਾ ਚੜ ਜਾਊ ਸਰੂਰ ਹੈ, ਰਾਮ ਨਾਮ ਵਾਲਾ ਚੜ ਜਾਊ ਸਰੂਰ ਹੈ। ਚਮਕੇਗਾ ਨਾਮ ਦੁਨੀਆਂ 'ਚ ਧਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ, ਵਸਦਾ ਦੁਆਰਾ ਰਹੇ ਜੈ ਰਾਮ ਦਾ। ਇਹ ਸੰਤਾਂ ਦੇ ਤਾਈਂ ਬਾਲਾ ਟਿਕਾਓ ਨਾ, ਸੰਤਾਂ ਦੇ ਤਾਈਂ ਬਾਲਾ ਟਿਕਾਓ ਨਾ,
ਦਾਨ ਦੇਣ ਵਿੱਚ ਤੁਸੀਂ ਦੇਰ ਲਾਓ ਨਾ, ਦਾਨ ਦੇਣ ਵਿੱਚ ਤੁਸੀਂ ਦੇਰ ਲਾਓ ਨਾ। ਸੁਣ ਲਓ ਬਚਨ ਸਾਧੂ ਜੇ ਸੁਣਾਮ ਦਾ, ਸੁਣ ਲਓ ਬਚਨ ਸਾਧੂ ਜੇ ਸੁਣਾਮ ਦਾ, ਬਸ ਦਾ ਦੁਆਰਾ ਰਹੇ ਜੈ ਰਾਮ ਦਾ, ਬਸ ਦਾ ਦੁਆਰਾ ਰਹੇ ਜੈ ਰਾਮ ਦਾ। ਤੇ ਹੋਰ ਵੀ ਦੁਬਾਰਿਆਂ 'ਤੇ ਅਸਾਂ ਜਾਵਣਾ, ਲੰਗਰ ਵਿੱਚ ਹਿੱਸਾ ਸਾਰਿਆਂ ਦਾ ਪਾਵਣਾ, ਲੰਗਰ ਵਿੱਚ ਹਿੱਸਾ ਸਾਰਿਆਂ ਦਾ ਪਾਵਣਾ। ਜੈ ਭੋਲੇ ਸ਼ਿਵ ਮੁਖੀ ਵਿੱਚੋਂ ਗਾਵਦਾ, ਬਸ ਦਾ ਦੁਆਰਾ ਰਹੇ ਜੈ ਰਾਮ ਦਾ, ਬਸ ਦਾ ਦੁਆਰਾ ਰਹੇ ਜੈ ਰਾਮ ਦਾ। ਨਾਨਕੀ ਸੁਲੱਖਣੀ ਸੀ ਗੱਲੀ ਰੁੱਝੀਆਂ, ਪੌਰ ਦੀਆਂ ਗੱਲਾਂ ਨਾ ਉਹਨਾਂ ਕੋਲ ਪੁੱਜੀਆਂ, ਪੌਰ ਦੀਆਂ ਗੱਲਾਂ ਨਾ ਉਹਨਾਂ ਕੋਲ ਪੁੱਜੀਆਂ। ਸੁਣਿਆ ਸ਼ਬਦ ਉਹਨਾਂ ਨਾ ਕਲਾਮ ਦਾ, ਵਸ ਦਾ ਦੁਆਰਾ ਰਹੇ ਜੈ ਰਾਮ ਦਾ, ਵਸ ਦਾ ਦੁਆਰਾ ਰਹੇ ਜੈ ਰਾਮ ਦਾ। ਮਾਤਾ ਸੁਲੱਖਣੀ ਜੀ ਤੇ ਭੂਆ ਨਾਨਕੀ ਜੀ ਘਰ ਦੇ ਕੰਮਾਂ ਵਿੱਚ ਰੁੱਝੀਆਂ ਹੋਈਆਂ ਸੀ, ਉਹਨਾਂ ਨੂੰ ਕੋਈ ਪਤਾ ਨਾ ਲੱਗਾ ਕਿ ਬਾਹਰ ਭਿਕਸ਼ੇ ਵਾਲੇ ਸੰਤ ਆਏ ਨੇ। ਬਾਬਾ ਸ਼੍ਰੀ ਚੰਦ ਜੀ ਬਾਹਰ ਡਿਉੜੀ ਵਿੱਚ ਆਪਣੀ ਖੇਡ ਵਿੱਚ ਮਸਤ ਸਨ। ਖੜੇ ਸਵਾਲੀ ਨੂੰ ਵੇਖ ਕੇ ਛੋਟੇ ਜਿਹੇ ਕੱਦ ਦੇ ਭੋਲੇ ਸ਼ੰਕਰ ਪਿਆਰੀ ਸੁੰਦਰ ਸੂਰਤ ਵਾਲੇ ਕੋਮਲ ਬੁੱਲੀਆਂ ਵਿੱਚੋਂ ਮੁਸ਼ਕਰਾਏ ਅਤੇ ਸੁੱਚੇ ਮੋਤੀਆਂ ਸਮਾਨ ਹਜ਼ੂਰ ਦੀਆਂ ਦੁੱਧੀਆਂ ਦੰਦੀਆਂ ਨੇ ਲਿਸ਼ਕ ਮਾਰੀ। ਸੰਤ ਨੂੰ ਰੁਕ ਜਾਣ ਦਾ ਇਸ਼ਾਰਾ ਕਰਕੇ ਨਿੱਕੇ ਹੱਥਾਂ ਦੇ ਨਾਲ ਇਸ਼ਾਰਾ ਕੀਤਾ। ਛੋਟੇ ਛੋਟੇ ਨੂਰਾਨੀ ਚਰਨਾਂ ਦੇ ਨਾਲ ਅੰਦਰ ਨੂੰ ਚੱਲੇ ਨੇ। ਸਾਧੂ ਨੇ ਜਦੋਂ ਉਸ ਬਾਲਕ ਵੱਲ ਨਜ਼ਰ ਮਾਰੀ ਤੇ ਉਸ ਰੱਬੀ ਨੂਰ ਦੇ ਪ੍ਰਕਾਸ਼ ਦੇ ਨਾਲ ਉਸਦੇ ਲੋਹੇ ਰੂਪੀ ਦਿਲ ਖਿੱਚਿਆ ਗਿਆ। ਉਹ ਬਾਲਕ ਨੂੰ ਅੰਦਰ ਜਾਂਦਾ ਵੇਖ ਕੇ ਸਾਧੂ ਦਾ ਦਿਲ ਬੇਤਾਬ ਹੋ ਰਿਹਾ ਸੀ। ਨੂੜੀ ਮੁਖੜੇ ਦੇ ਦਦਾੜੇ ਜਲਦੀ ਹੋਣ, ਐਸੇ ਤੇਜ਼ ਤੱਪ ਵਾਲਾ, ਨੂੜੀ ਮਸਤਕ ਵਾਲਾ, ਛੋਟੀ ਉਮਰ ਦਾ ਬਾਲਕ ਉਸਨੇ ਕਦੇ ਨਹੀਂ ਸੀ ਡਿੱਠਾ। ਭੋਲੇ ਭੰਡਾਰੀ ਆਪਣੇ ਭੰਡਾਰ ਵਿੱਚੋਂ ਉਹ ਸੰਤ ਨੂੰ ਬਖਸ਼ਿਸ਼ ਕਰਨ ਲਈ ਆਪਣੀ ਕੋਮਲ ਮੁੱਠੀ ਵਿੱਚੋਂ ਕੁਝ ਫੜੀ ਆ ਰਿਹਾ ਸੀ। ਸੰਤਾਂ ਦਾ ਦਿਲ ਚਾਵਾਂ ਦੇ ਨਾਲ ਉਛਲ ਪਿਆ। ਭਗਵਾਨ ਨੇ ਇਸ਼ਾਰਾ ਕਰਨ 'ਤੇ ਸਾਧੂ ਨੇ ਖਾਲੀ ਕਾਸਾ ਅੱਗੇ ਵਧਾ ਦਿੱਤਾ। ਬਾਲਕ ਸ਼੍ਰੀ ਚੰਦ ਜੀ ਨੇ ਕਾਸੇ ਵਿੱਚ ਆਪਣੀ ਮੁੱਟ ਖੋਲ੍ਹੀ। ਉਹ ਕਾਲਾ ਕਾਸਾ ਲਾਲ ਜਵਾਹਰ ਕੀਮਤੀ ਹੀਰਿਆਂ ਦੇ ਨਾਲ ਜਗਮਗਾ ਉੱਠਿਆ। ਇਹ ਕੌਤਕ ਵੇਖ ਕੇ ਸੰਤਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਕਹਿਣ ਲੱਗਾ, ਮੇਰੇ ਭਗਵਾਨ ਸ਼ਿਵ ਭੰਡਾਰੀ, ਮੈਂ ਕੁਰਬਾਨ ਜਾਵਾਂ, ਮੈਂ ਬਲਹਾਰ ਜਾਵਾਂ, ਮੈਨੂੰ ਇਹੋ ਜਿਹੀ ਭਿਕਸ਼ਾ ਨਾ ਪਾਓ। ਮੈਂ ਹੀਰੇ ਜਵਾਹਰਤਾਂ ਨੂੰ ਕੀ ਕਰਨਾ ਏ, ਆਟੇ ਚੌਲ ਦੀ ਭਿਕਸ਼ਾ ਪਾਓ। ਇਸ ਤਰ੍ਹਾਂ ਸੰਤ ਜੀ ਭੋਲੇ ਭੰਡਾਰੀ ਨੂੰ ਜੋ ਕੁਝ ਕਹਿ ਰਹੇ ਨੇ ਉਸ ਵੇਲੇ ਦੇ ਬਿਆਨ ਨੂੰ ਮੇਰੇ ਸਾਥੀ ਇਉਂ ਬਿਆਨ ਕਰਦੇ ਆ। ਭੋਲੇ ਸ਼ੰਕਰ ਜੀ ਖੇਡ ਵਿੱਚ ਮਸਤ ਹੈ ਸੀ, ਉਹਨਾਂ ਖੜੇ ਸਵਾਲੀ ਨੂੰ ਤੱਕਿਆ ਸੀ। ਨੰਨੇ ਹੱਥਾਂ ਨਾਲ ਕਿਹਾ ਕਿ ਰੁਕ ਜਾਓ, ਸਾਧੂ ਵੇਖ ਕੇ ਹਿੱਲ ਨਾ ਸਕਿਆ ਸੀ। ਬੋਰੀ ਚਣਿਆਂ ਦੀ ਵਿੱਚੋਂ ਮੁੱਠ ਭਰ ਕੇ ਆਪ ਲੈ ਕੇ ਸੰਤਾਂ ਦੇ ਪਾਸ ਆਏ। ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਇਹ ਕਾਲੇ ਕਾਸੇ ਵਿੱਚ ਜਾਗ ਮੰਗ ਹੋਈ, ਕਾਲੇ ਰੰਗ ਨੇ ਲਾਲੀਆਂ ਤਾਰੀਆਂ ਨੇ, ਹੀਰੇ ਪੰਨੇ ਏਦਾਂ ਲਿਸ਼ਕਦੇ ਨੇ ਜਿਵੇਂ ਖਿੜੀਆਂ ਕੇਸਰ ਕਿਆਰੀਆਂ ਨੇ। ਕਾਲੇ ਕਾਸੇ ਦਾ ਰੰਗ ਲਾਲ ਹੋਇਆ, ਕਾਲੇ ਕਾਸੇ ਦਾ ਰੰਗ ਲਾਲ ਹੋਇਆ। ਭੋਲੇ ਸ਼ੰਕਰ ਨੇ ਜਦੋਂ ਸੀ ਹੱਥ ਲਾਏ, ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਹੀਰੇ ਵੇਖ ਕੇ ਸਾਧੂ ਡੋਲ ਗਿਆ, ਮੈਨੂੰ ਖਤਰੇ ਵਿੱਚ ਨਾ ਪਾਓ ਪਿਆਰੇ, ਮੇਰੀ ਜਾਨ ਦਾ ਖੌਣ ਇਹ ਹੀਰੇ, ਚਾਵਲ ਦਾਲ ਤੇ ਆਟਾ ਲਿਆਓ ਪਿਆਰੇ। ਪਤਾ ਜਦੋਂ ਹਕੂਮਤ ਨੂੰ ਲੱਗ ਗਿਆ, ਮੈਨੂੰ ਦੇਵਣਾ ਉਹਨਾਂ ਨੇ ਲਾ ਫਾਹੇ,
ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਕੰਨੀ ਮੁੰਦਰਾਂ ਸੁਨਹਿਰੀ ਬਾਬਰੀਆਂ, ਕੰਨੀ ਮੁੰਦਰਾਂ ਸੁਨਹਿਰੀ ਬਾਬਰੀਆਂ, ਵੇਖ ਜਨਮ ਤੇ ਮਰਨ ਗਿਆ ਕੱਟਿਆਂ, ਰਹਿੰਦੀ ਦੁਨੀਆ ਤੱਕ ਮੇਰਾ ਵੀ ਨਾਮ ਰੈਸੀ, ਤੁਹਾਡੇ ਦਰਸ਼ਨ ਦੇ ਵਿੱਚੋਂ ਮੈਂ ਖੱਟਿਆਂ। ਭੋਲੇ ਸ਼ੰਕਰ ਦੇ ਮੈਂ ਦੀਦਾਰ ਕੀਤੇ, ਬੱਦਲ ਮੇਰਾ ਦੇ ਮੇਰੇ ਦਿਲ ਛਾਏ, ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਇਹ ਗੱਲਾਂ ਸੁਣ ਕੇ ਭੂਆ ਨਾਨਕ ਜੀ ਕੁਛੜ ਚੁੱਕ ਕੇ ਗਲ ਨਾਲਾ ਬੋਲੇ, ਕਿੱਥੋਂ ਲਏ ਹੀਰੇ ਦੱਸੋ ਲਾਲ ਮੇਰੇ, ਕੋਲ ਬੋਰੀ ਦੇ ਜਾ ਕੇ ਭੇਤ ਖੋਲੇ। ਭੂਆ ਨਾਨਕ ਤੇ ਮਾਤਾ ਸੁਲੱਖਣੀ ਜੀ, ਭੋਲੇ ਸ਼ੰਕਰ ਦੇ ਉਹਨਾਂ ਨੇ ਗੁਣਾ ਗਾਏ, ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਭੋਲੇ ਭੰਡਾਰੀ ਫਿਰ ਸੰਤਾਂ ਨੂੰ ਕਹਿਣ ਲੱਗੇ, ਦਾਨ ਦੇ ਕੇ ਵਾਪਸ ਲਈਦਾ ਨਹੀਂ, ਟੱਟੀ ਹਵਾ ਨਾਲ ਤੁਸਾਂ ਨੂੰ ਕਦੇ ਲੱਗੂ, ਮੋੜਨ ਵਾਸਤੇ ਖੈਰੇ ਪਈਦਾ ਨਹੀਂ। ਗਰੀਬ ਗੁਰਬੇ ਨੂੰ ਲੰਗਰ ਛਕਾਵਣਾ ਜੇ, ਜਿਹੜਾ ਤੁਸਾਂ ਦੇ ਧੂਣੇ ਤੇ ਚੱਲ ਆਏ, ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਜਾਓ ਸੁੱਖ ਨਾਲ ਭੋਗੋ ਉਮਰ ਸਾਰੀ, ਹੱਥ ਕਿਸੇ ਦੀ ਅੱਗੇ ਡਾਵਣਾ ਨਹੀਂ, ਪੌੜਾ ਸੰਤਾਂ ਨੇ ਸੀਸ ਚੁਕਾ ਦਿੱਤਾ, ਫੇਰ ਆਇਆ ਸਾਮੀ ਰੋਜ਼ ਪਾਵਣਾ ਨਹੀਂ। ਸੱਚ ਨਿਸ਼ਾਨ ਜਸਵੰਤ ਨੇ ਦੱਸਿਆ ਏ, ਸੱਚ ਨਿਸ਼ਾਨ ਜਸਵੰਤ ਨੇ ਦੱਸਿਆ ਏ, ਵਿਦਵਾਨ ਵੀ ਦੱਸਦੇ ਏ ਰਾਏ, ਚਣੇ ਧਾਰ ਗਏ ਰੂਪ ਹੀਰਿਆਂ ਦਾ, ਜਦੋਂ ਸੰਤਾਂ ਨੇ ਕਾਸੇ ਦੇ ਵਿੱਚ ਪਾਏ। ਭੋਲੇ ਭੰਡਾਰੀ ਜੀ ਕਹਿਣ ਲੱਗੇ, ਦਾਨ ਦੇ ਕੇ ਵਾਪਸ ਨਹੀਂ ਲਈਦਾ, ਸੰਤਾਂ ਨੇ ਨਿਮਸ਼ਕਾਰ ਕਰਕੇ ਚਾਲੇ ਪਾ ਦਿੱਤੇ, ਜਗਤ ਜਲੰਧਰ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲੇ ਨੇ, ਘਰ ਦਾ ਤਿਆਗ ਕਰਨਾ ਕੋਈ ਸੌਖੀ ਗੱਲ ਨਹੀਂ, ਚਿੱਟਾ ਦਿਨ ਚੜਿਆ ਏ, ਸਾਰਾ ਪਰਿਵਾਰ ਪਾਸ ਖਲੋਤਾ ਏ, ਪਤੀ ਵਰਤਾ ਇਸਤਰੀ ਨੇ ਚਰਨ ਫੜੇ ਹੋਏ ਨੇ, ਪੁੱਤਾਂ ਦੀ ਜੋੜੀ ਬਾਹਾਂ ਦੇ ਨਾਲ ਚੰਬੜੀ ਹੋਈ ਏ, ਭਾਈਆ ਜ਼ੈਲ ਰਾਮ ਕੋਲ ਖਲੋਤਾ ਸਤਿਗੁਰੂ ਵੱਲੇ ਵੇਖੀ ਜਾ ਰਿਹਾ ਏ, ਭੈਣ ਨਾਨਕੀ ਅਰਜਾਂ ਕਰਦੀ ਹੈ ਕਿ ਵੀਰਾ ਮੈਂ ਤੈਨੂੰ ਚੁੱਕ ਕੇ ਖੜਾਇਆ, ਸੋਹਣੀਆਂ ਸੋਹਣੀਆਂ ਲੋਹੜੀਆਂ ਦੇ ਕੇ ਤੈਨੂੰ ਰਜ਼ਾਇਆ, ਤੇਰੇ ਅਨੋਖੇ ਕੌਤਕਾਂ ਅਤੇ ਨੂੜੀ ਸੂਰਤ ਨੇ ਦਿਲ ਦੇ ਖਾਨੇ ਵਿੱਚ ਵਾਸ ਕੀਤਾ ਏ, ਪਰ ਅੱਜ ਅੰਮਾ ਜਾਈ ਇੱਕੋ ਇੱਕ ਭੈਣ ਨੂੰ ਵਿਛੋੜੇ ਦਾ ਤੀਰ ਮਾਰ ਕੇ ਕਿੱਥੇ ਚੱਲਿਆ ਏ, ਵੇ ਵੀਰਾ ਨਾ ਜਾ, ਮੈਂ ਮਿੰਨਤਾਂ ਕਰਨੀਆਂ ਨਾ ਜਾ, ਜੇ ਮੇਰੇ ਉੱਤੇ ਤਰਸ ਨਹੀਂ ਆਉਂਦਾ ਤਾਂ ਮੇਰੀ ਭਾਬੀ ਉੱਤੇ ਤਰਸ ਕਰ, ਇਹ ਵਿਚਾਰੀ ਤੇਰੇ ਬਿਨਾਂ ਕਿਸ ਦੇ ਆਸਰੇ ਜੀਵਨ ਗੁਜ਼ਾਰੇਗੀ, ਜੇ ਇਸ ਨੂੰ ਵੀ ਨਹੀਂ ਬਗਾਨੀ ਧੀ ਜਾਣ ਕੇ ਇਸ 'ਤੇ ਵੀ ਤਰਸ ਨਹੀਂ ਆਉਂਦਾ ਤਾਂ ਘੱਟੋ ਘੱਟ ਆਪਣੇ ਸੁੱਖਾਂ ਲੱਦਿਆਂ ਉੱਤੇ ਤਰਸ ਖਾ, ਦੇਖ ਤੇਰੀਆਂ ਬਾਹਾਂ ਨਾਲ ਚੰਬੜ ਕੇ ਬਿਲਕਣੀਆਂ ਲੈੜੇ ਨੇ, ਵੇਖਣਾ ਨਿੱਕੀਆਂ ਨਿੱਕੀਆਂ ਬੁੱਲਾਂ ਵਿੱਚੋਂ ਕਿਵੇਂ ਤਰਲੇ ਕੱਢਦੇ ਨੇ, ਵੀਰਾ ਇਹਨਾਂ ਦੇ ਅਥਰੂ ਤੱਤੀ ਭੂਆ ਕੋਲੋਂ ਦੇਖੇ ਨਹੀਂ ਜਾਂਦੇ, ਨਹੀਂ ਝੱਲੇ ਜਾਂਦੇ, ਪਰ ਧੰਨ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਭੈਣ ਜੀ ਨੂੰ ਉੱਤਰ ਦਿੱਤਾ, ਇਹ ਨਾਨਕੀ ਇੱਕ ਪਾਸੇ ਤਾਂ ਇਹ ਦੋ ਦੁਖੀ ਨੇ, ਦੂਜੇ ਪਾਸੇ ਵਾਹਿਗੁਰੂ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕਰੋੜਾਂ ਜੀਵ ਦੁਖੀ ਨੇ, ਹੁਣ ਤੂੰ ਹੀ ਦੱਸ, ਮੈਂ ਇਹਨਾਂ ਦੋਵਾਂ ਵੱਲੇ ਵੇਖਾਂ ਕਿ ਕਰੋੜਾਂ ਵੱਲੇ ਵੇਖਾਂ, ਜੋ ਪ੍ਰਸ਼ਨ ਅਤੇ ਉੱਤਰ, ਜੋ ਸਵਾਲ ਅਤੇ ਜਵਾਬ ਗੁਰੂ ਨਾਨਕ ਦੇਵ ਮਹਾਰਾਜ ਅਤੇ ਬੇਬੇ ਨਾਨਕੀ ਦੇ ਦਰਮਿਆਨ ਹੋ ਰਹੇ ਨੇ, ਮੇਰੇ ਉਸਤਾਦ ਸ਼ਹਿਰ ਸਵਰਗ ਵਾਸੀ ਜਰਨੈਲ ਸਿੰਘ ਸਭੜਾਵਾਂ ਵਾਲੇ ਨੇ ਇਸ ਨੂੰ ਇਉਂ ਲਿਖਿਆ, ਅਤੇ ਨਾਲ ਦੇ ਸਾਥੀ ਵੀਰ ਜਸਵੰਤ ਸਿੰਘ ਜੀ ਚੂਸਲੇਵੜ, ਲਖਵਿੰਦਰ ਸਿੰਘ ਜੀ ਸਭੜਾ, ਇਉਂ ਬਿਆਨ ਕਰਦੇ। ਜਦ ਸਤਿਗੁਰ ਨਾਨਕ ਨੇ ਏਮਨਾਬਾਦ ਨੂੰ ਕਰੀ ਤਿਆਰੀ,
ਫੜ ਪੱਲਾ ਸਤਿਗੁਰ ਦਾ, ਖੜਗੀ ਨਾਨਕੀ ਭੈਣ ਪਿਆਰੀ ਵੇ ਸ਼ਾਹੀ ਫਕੀਰਾ, ਛੱਡ ਨਿੱਕਿਆਂ ਬਾਲਾਂ ਨੂੰ ਕਿੱਥੇ ਤੂੰ ਤੁਰ ਚੱਲਿਆ ਵੀਰਾ, ਛੱਡ ਛੋਟਿਆਂ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ। ਇਹ ਮੈਂ ਰੋਕਣ ਚੱਲਿਆ ਹਾਂ, ਵਗਦੀਆਂ ਜੋਰ ਜ਼ੁਲਮ ਦੀਆਂ ਵਾਈ, ਹੁਣ ਚੱਲੀਆਂ ਜਾਵਣ ਨਾ ਸੁਣ ਕੇ ਮਜ਼ਲੂਮਾਂ ਦੀਆਂ ਤਾਈ। ਹਾਏ ਦਿਲ ਸੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ। ਤੇਰੇ ਦੋਹਾਂ ਪਾਲਾਂ ਨੇ ਬਾਪੂ ਬਾਪੂ ਕਹਿ ਕਰ ਲਾਉਣਾ, ਪਿਆ ਹੋ ਕੇ ਲੈਂਦਾ ਏ ਤੇਰੇ ਦਿਲ ਨੂੰ ਨਿਤ ਪਰਚਾਉਣਾ। ਸ੍ਰੀ ਚੰਦ ਹੀਰਾ, ਛੱਡ ਨਿੱਕਿਆਂ ਬਾਲਾਂ ਨੂੰ ਕਿੱਥੇ ਤੂੰ ਤੁਰ ਚੱਲਿਆ ਵੀਰਾ, ਛੱਡ ਛੋਟਿਆਂ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ। ਇਹਨਾਂ ਦੋਹਾਂ ਬਾਲਾਂ ਦਾ ਮੈਨੂੰ ਸੌਖਾ ਜਰਨ ਵਿਛੋੜਾ, ਪਰ ਲੱਖਾਂ ਬਾਲਾਂ ਦਾ ਲੱਗਾ ਦਿਲ ਮੇਰੇ ਨੂੰ ਚੋਰਾ ਰਹੇ ਨਾ ਠੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ। ਤੇਰੇ ਬੁਰੜੇ ਮਾਪਿਆਂ ਦੀਆਂ ਤੇ ਵੀਰਾ ਕੌਣ ਲਹੂਗਾ ਸਾਰਾ, ਤੇਰੇ ਬੁਰੜੇ ਮਾਪਿਆਂ ਦੀਆਂ ਵੀਰਾ ਕੌਣ ਲਹੂਗਾ ਸਾਰਾ, ਪੈ ਗਏ ਵਿੱਚ ਸੋਚਾਂ ਦੇ ਤੇਰੀਆਂ ਐਸੀਆਂ ਸੁਣ ਕੇ ਕਾਰਾਂ ਦਿਲ ਦਲਗੀਰਾ, ਛੱਡ ਨਿੱਕਿਆਂ ਬਾਲਾਂ ਨੂੰ ਕਿੱਥੇ ਤੂੰ ਤੁਰ ਚੱਲਿਆ ਵੀਰਾ, ਛੱਡ ਛੋਟਿਆਂ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ। ਇਹ ਹੁਣ ਲੱਖਾਂ ਮਾਪਿਆਂ ਦੇ ਫੜ ਕੇ ਵੇਚੇ ਪੁੱਤ ਜਲਾਦਾਂ, ਉਹ ਰੋਂਦੇ ਫਿਰਦੇ ਨੇ ਸੁਣਦੇ ਨਾ ਜ਼ਾਲਮ ਫਰਿਆਦਾਂ। ਜੋਬਨ ਟੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ। ਹੁਣ ਚੱਲਿਆ ਵੀਰਾ ਜੇ ਛੇਤੀ ਫੇਰ ਪਰਤ ਕੇ ਆਵੀ, ਨਿੱਤ ਅੱਖੀਆਂ ਤਰਸਣ ਨਾ ਮਾਂ ਦੇ ਠੰਡ ਕਾਲ ਜੇ ਪਾਵੀ ਦਿਲੀ ਅਮੀਰਾ, ਛੱਡ ਨਿੱਕਿਆਂ ਬਾਲਾਂ ਨੂੰ ਕਿੱਥੇ ਤੂੰ ਤੁਰ ਚੱਲਿਆ ਵੀਰਾ, ਛੱਡ ਛੋਟਿਆਂ ਬਾਲਾਂ ਨੂੰ ਕਿੱਥੇ ਚੱਲਿਆ ਨਾਨਕ ਵੀਰਾ। ਕੇਜਰ ਨੈਤ ਲੱਖਾਂ ਜੋਂ ਗਾਉਂਦੇ ਪਰੀਆਂ ਵੇ ਚਦਵਨ, ਜਸ ਹਰ ਕਾ ਗਾਵਣ ਲਈ ਮੇਰੇ ਬਾਲਾ ਤੇ ਮਰਦਾਨਾ ਸਾਥੀ ਰਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ, ਮੈਂ ਡੁੱਬਦੀ ਦੁਨੀਆਂ ਦੇ ਬੇੜੇ ਪਾਰ ਕਰਨ ਲਈ ਚੱਲਿਆ। ਜ਼ਗਤ ਜਲੰਦੇ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਚੱਲੇ ਨੇ। ਬੇਬੇ ਨਾਨਕੀ ਜੀ ਦਾ ਕੋਈ ਧੀ ਪੁੱਤਰ ਨਹੀਂ ਸੀ, ਸ੍ਰੀ ਚੰਦ ਜੀ ਨੂੰ ਬੇਬੇ ਨਾਨਕੀ ਜੀ ਦਾ ਪੁੱਤਰ ਬਣਾ ਕੇ ਆਪ ਉਦਾਸੀ ਧਾਰਨ ਕਰਕੇ ਭਾਈ ਮਰਦਾਨੀ ਨੂੰ ਨਾਲ ਲੈ ਕੇ ਸੁਲਤਾਨਪੁਰ ਤੋਂ ਰਵਾਨਾ ਹੋ ਤੁਰੇ। ਬਾਬਾ ਸ੍ਰੀ ਚੰਦ ਜੀ ਦੀ ਸੁਰਤੀ ਕਰਤਾਰ ਦੇ ਚਰਨਾਂ ਦੇ ਨਾਲ ਜੋੜ ਕੇ ਅਗੰਮੀ ਸਰੂੜ ਮੰਨਦੇ ਹੋਏ ਹਾਣੀਆਂ ਦੇ ਨਾਲ ਸਮਾਧੀ ਲਾ ਕੇ ਕਈ ਵਾਰ ਲੋਪ ਹੋ ਜਾਂਦੇ ਨੇ, ਜੰਗਲ ਵਿੱਚ ਸਮਾਧੀ ਲਾ ਕੇ ਬੈਠ ਜਾਂਦੇ ਨੇ। ਸ਼ੇਰ ਹਾਥੀ ਆਦਿ ਜੰਗਲਾਂ ਦੇ ਜਾਨਵਰ ਆਪ ਜੀ ਦੇ ਧੂਣੇ ਦੇ ਪਾਸ ਆ ਕੇ ਪੈਕਰਮਾ ਕਰਦੇ। ਕਈ ਵਾਰ ਸ਼ੇਰ ਹਾਥੀ ਬਘਿਆੜ ਕਾਲੇ ਫਣੀਆਂ ਸਭ ਆਪ ਨੂੰ ਨਿਮਸ਼ਕਾਰਾਂ ਕਰਦੇ ਲੋਕਾਂ ਨੇ ਵੇਖਿਆ ਅਤੇ ਕਿਹਾ ਕਿ ਆਪ ਦਾ ਬਾਲਕ ਸ਼ੇਰ ਅਤੇ ਹਾਥੀਆਂ ਨੂੰ ਜੱਫੀਆਂ ਪਾ ਕੇ ਖੇਡਦਾ ਏ। ਕਈ ਦਿਨ ਘਰ ਨਾ ਆਏ ਤਾਂ ਭੂਆ ਨਾਨਕੀ ਜੀ ਨੇ ਯਾਦ ਕੀਤਾ। ਭਗਵਾਨ ਜੀ ਨੇ ਆ ਕੇ ਭੂਆ ਦੇ ਗਲ ਵਿੱਚ ਬਾਹਾਂ ਪਾ ਕੇ ਕਿਹਾ, ਤੁਸੀਂ ਯਾਦ ਕਰਦੇ ਹੋ, ਅਸੀਂ ਆ ਗਏ, ਪਰ ਹੁਣ ਘਰ ਬਾਰ ਛੱਡ ਦੇਣਾ ਏ, ਸਾਡੇ ਹਿੱਸੇ ਬਹੁਤ ਕੰਮ ਹੈ ਜੋ ਅਸਾਂ ਕਰਨੇ ਨੇ। ਇਹੋ ਕਹਿ ਕੇ ਜੰਗਲਾਂ ਵੱਲ ਤੁਰ ਗਏ। ਆਪ ਕਾਬਲ, ਸਿੰਧ, ਹੈਦਰਾਬਾਦ, ਚੰਬਾ, ਕਸ਼ਮੀਰ ਤੱਕ ਜਾ ਕੇ ਲੋਕਾਂ ਦਾ ਆਧਾਰ ਕੀਤਾ। ਆਪਣੇ ਨਾਲ ਭਾਈ ਕਮਲੀਏ ਦੀ ਚੋਣ ਕੀਤੀ। ਠੱਟਾ ਸਿੰਧ ਦਰਿਆ ਦੇ ਕਿਨਾਰੇ ਬੈਠੇ ਸਨ। ਭਾਈ ਕਮਲੀਏ ਨੇ ਕਿਹਾ, ਮਹਾਰਾਜ, ਮੈਂ ਜਗਨਨਾਥਪੁਰੀ ਧਾਮ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਤੁਸੀਂ ਵੀ ਮੇਰੇ ਨਾਲ ਚੱਲੋ। ਭਗਵਾਨ ਸ੍ਰੀ ਚੰਦ ਨੇ ਵਚਨ ਕੀਤਾ ਕਿ ਦਰਿਆ ਵਿੱਚ ਛਾਲ ਮਾਰ ਦਿਓ, ਤੁਸੀਂ ਜਗਨਨਾਥਪੁਰੀ ਪਹੁੰਚ ਜਾਓਗੇ। ਹੁਕਮ ਮੰਨ ਕੇ ਕਮਲੀਏ ਨੇ ਛਾਲ ਮਾਰ ਦਿੱਤੀ, ਜਗਨਨਾਥਪੁਰੀ ਪਹੁੰਚ ਗਏ। ਅੱਗੇ ਸ੍ਰੀ ਚੰਦ ਭਗਵਾਨ ਜੀ ਬੈਠੇ ਹੋਏ ਨੇ, ਦੋਵੇਂ ਆਪਸ ਵਿੱਚ ਵਚਨ ਕਰਦੇ ਸਨ ਕਿ ਪਜਾੜੀ ਆ ਕੇ ਕਹਿਣ ਲੱਗਾ ਕਿ ਆਪ ਜੀ ਬਾਹਰ ਜਾਓ, ਆਰਤੀ ਦਾ ਵਕਤ ਹੋ ਗਿਆ। ਪਜਾੜੀ ਨੇ ਭਗਵਾਨ ਅੱਗੇ ਭੋਜਨ ਦਾ ਥਾਲ ਰੱਖ ਦਿੱਤਾ, ਆਰਤੀ ਸ਼ੁਰੂ ਹੋ ਗਈ।
ਥੋੜ੍ਹੇ ਸਮੇਂ ਪਿੱਛੋਂ ਮੰਦਰ ਵਿੱਚ ਰੌਲਾ ਪੈ ਗਿਆ। ਉੱਥੇ ਨਾ ਤਾਂ ਮੂਰਤੀਆਂ ਸਨ ਅਤੇ ਨਾ ਭੋਜਨ ਵਾਲਾ ਥਾਲ ਸੀ। ਬਾਬਾ ਸ੍ਰੀ ਚੰਦ ਜੀ ਨੇ ਕਿਹਾ, ਭਾਈ ਕਮਲੀਆ, ਪੁਜਾਰੀ ਨੂੰ ਦੱਸ ਦਿਓ ਕਿ ਭੋਜਨ ਅਸਾਂ ਛਕ ਲਿਆ ਹੈ, ਆਪਣੀਆਂ ਮੂਰਤੀਆਂ ਅਤੇ ਸੋਨੇ ਦੇ ਥਾਲ ਲੈ ਜਾਵੇ। ਇਹੋ ਕਹਿ ਕੇ ਆਪ ਜੀ ਪਮਣ ਰੂਪ ਹੋ ਗਏ। ਸਾਰੇ ਸ਼ਹਿਰ ਵਿੱਚ ਚਰਚਾ ਚੱਲ ਰਹੀ ਹੈ, ਜਗਨਨਾਥ ਪੁਰੀ ਦਾ ਰਾਜਾ ਉਹਦੇ ਸਹਿਣ ਭਗਵਾਨ ਦੇ ਨਿਰਾਲੇ ਚੁੱਝ ਸੁਣ ਕੇ ਯਾਦ ਕਰਦਾ ਏ, ਮਹਾਰਾਜ ਮੇਰੇ 'ਤੇ ਕਿਰਪਾ ਕਰਿਓ, ਇੱਥੇ ਆ ਕੇ ਦਰਸ਼ਨ ਦਿਓ, ਇਉਂ ਬੇਨਤੀਆਂ ਕਰਦਿਆ। ਪੁਰੀ ਦਾ ਰਾਜਾ ਦਿਲ ਵਿੱਚ ਕਰਦਾ ਆ ਰਜੋਈ ਜੀ, ਮੈਨੂੰ ਨਮਾਣੇ ਦਾਸ ਨੂੰ ਬਖਸ਼ੋ ਤੁਸੀਂ ਟੋਈ ਜੀ, ਰਾਜ ਪੱਗ ਦਿੱਤਾ ਮਾਲਕ ਪੁੱਤਰ ਨਹੀਂ ਕੋਈ ਜੀ, ਸੁਣਿਆ ਸ਼ਿਵ ਰੂਪ ਵਿੱਚ ਆ ਕੇ ਪੁਰੀ ਨੂੰ ਤਾਰਿਆ, ਮੈਨੂੰ ਸ਼ਿਵ ਰੂਪ ਵਿੱਚ ਦਿਓ ਦੀਦਾਰਿਆ, ਮੈਨੂੰ ਵੀ ਸ਼ਿਵ ਰੂਪ ਵਿੱਚ ਠਿੱਠਾ ਨਹੀਂ ਅੱਖੀ ਮੈਨੇ ਕੰਨੀ ਇਹ ਸੁਣਿਆ ਹੈ, ਪੰਡਤਾਂ ਨੇ ਝੂਠ ਦਾ ਜਾਲ ਮੰਦਰ ਵਿੱਚ ਬੁਣਿਆ ਹੈ, ਤੁਸਾਂ ਨੇ ਸੱਚ ਵਿਖਾਤਾ ਜਿਸ ਨੂੰ ਤੁਸਾਂ ਚੁਣਿਆ ਹੈ, ਮੂਰਤੀਆਂ ਗਾਇਬ ਹੋ ਗਈਆਂ ਸੋਨੇ ਦਾ ਥਾਲ ਜੀ, ਮੈਨੂੰ ਵੀ ਦਰਸ਼ਨ ਦੇ ਕੇ ਕਰ ਦਿਓ ਨਿਹਾਲ ਜੀ, ਦਾਸਾਂ ਦੀ ਇਹ ਅਰਜੋਈ। ਇਹ ਪੁਜਾਰੀ ਨਹੀਂ ਸਮਝ ਸਕੇ ਆਪ ਦੇ ਵਿਚਾਰਾਂ ਨੂੰ, ਰੱਬ ਦੇ ਕਰ ਰਹਿੰਦੇ ਤਾਂ ਵੀ ਰੱਖਦੇ ਦਿਲ ਖਾਰਾਂ ਨੂੰ, ਤਾਂ ਹੀ ਉਹ ਤਰਸਦੇ ਰਹਿ ਗਏ ਆਪ ਦੇ ਦਿਦਾਰਾਂ ਨੂੰ, ਬੁੱਢੇ ਮੇਰੇ ਚਿਹਰੇ ਉੱਤੇ ਆ ਜਾਏ ਬਹਾਰਿਆ, ਮੈਨੂੰ ਵੀ ਸ਼ਿਵ ਰੂਪ ਵਿੱਚ ਦਿਓ ਦੀਦਾਰਿਆ, ਕਰ ਦਿਓ ਮਰਾਦਾਂ ਪੂਰੀਆਂ। ਤੁਹਾਡੇ ਸੁਣੇ ਜੋਜ ਨਿਆਰੇ ਮੇਰਾ ਮਨ ਜੁੜਿਆ ਹੈ, ਪੁੱਤਰ ਦੇ ਬਿਨਾਂ ਦਾਤਿਆ ਮੇਰਾ ਘਰ ਥੁੜਿਆ ਹੈ, ਰਾਜ ਭਾਗ ਦਿੱਤਾ ਰੱਬ ਨੇ ਜਾਂਦਾ ਉਹ ਰੁੜਿਆ ਹੈ, ਮਨ ਕੇ ਅਰਜੋਈ ਮੇਰੀ ਦੁੱਖ ਦਿਓ ਟਾਲ ਜੀ, ਮੈਨੂੰ ਵੀ ਦਰਸ਼ਨ ਦੇ ਕੇ ਕਰ ਦਿਓ ਨਿਹਾਲ ਜੀ, ਦਾਸਾਂ ਦੀ ਇਹ ਅਰਜੋਈ। ਇਹ ਪੁੱਤਰ ਤੋਂ ਬਿਨਾਂ ਦਾਤਿਆ ਜਗਤੇ ਹਨੇਰਾ ਏ, ਟਲ ਗਈ ਹੈ ਮੇਰੀ ਜਵਾਨੀ ਦੱਸਦਾ ਪਿਆ ਚਿਹਰਾ ਏ, ਖੁਸ਼ੀਆਂ ਦਾ ਦਾਤਾ ਵੇਖ ਲਵਾਂ ਮੈਂ ਵੀ ਸਵੇਰਾ ਏ, ਪੁੱਤਰ ਦੇ ਨੂਰੀ ਮੁੱਖ ਨਾਲ ਕਰਨਾ ਪਿਆਰਿਆ, ਮੈਨੂੰ ਸ਼ਿਵ ਰੂਪ ਵਿੱਚ ਦਿਓ ਦੀਦਾਰਿਆ, ਕਰ ਦਿਓ ਮਰਾਦਾਂ ਪੂਰੀਆਂ। ਮੇਰੇ ਜੋ ਮਹਿਲ ਮਾੜੀਆਂ ਮੈਨੂੰ ਡਰਾਉਂਦੇ ਨੇ, ਸੁੰਦਰ ਜੋ ਬਾਗ ਬਗੀਚੇ ਮਨ ਨੂੰ ਨਹੀਂ ਪਾਉਂਦੇ ਨੇ, ਚੰਗੇ ਪਦਾਰਥ ਖਾਵਾਂ ਬਾਹਰ ਨੂੰ ਆਉਂਦੇ ਨੇ, ਖੌਰੇ ਤੁਸੀਂ ਕਿੱਥੇ ਰਹਿੰਦੇ ਸਕਦਾ ਨਹੀਂ ਪਾਲ ਜੀ, ਮੈਨੂੰ ਵੀ ਦਰਸ਼ਨ ਦੇ ਕੇ ਕਰ ਦਿਓ ਨਿਹਾਲ ਜੀ, ਦਾਸਾਂ ਦੀ ਇਹ ਅਰਜੋਈ। ਇਹ ਪੰਡਤਾਂ ਨੇ ਜੋਤਿਸ਼ ਲਾ ਕੇ ਮੇਰਾ ਮਨ ਤੋੜਿਆ, ਤੇਰੇ ਘਰ ਪੁੱਤਰ ਨਹੀਂ ਹੋਣਾ ਜੋਤਿਸ਼ ਨਾ ਜੋੜਿਆ, ਖੁਸ਼ੀਆਂ ਦਾ ਬੇੜਾ ਮੇਰਾ ਦਮਾਂ ਵਿੱਚ ਰੋੜਿਆ, ਤੁਹਾਡੇ ਬਿਨਾਂ ਕੌਣ ਲਵੇਗਾ ਮੇਰੀ ਇਹ ਸਾਰਿਆ, ਮੈਨੂੰ ਵੀ ਸ਼ਿਵ ਰੂਪ ਵਿੱਚ ਦਿਓ ਦੀਦਾਰਿਆ, ਕਰ ਦਿਓ ਮਰਾਦਾਂ ਪੂਰੀਆਂ। ਬੈਠੇ ਸਿੰਧ ਥੱਠੇ ਭੰਡਾਰੀ ਪਹੁੰਚੀ ਅਰਦਾਸ ਜੀ, ਪਾਵਣ ਰੂਪ ਹੋ ਕੇ ਆ ਗਏ ਪੁੜੀ ਦੇ ਪਾਸ ਜੀ, ਧੂਣਾ ਲਾ ਬੈਠ ਗਏ ਪੌਰਾ ਸੁਣ ਲਓ ਬਲਾਸ ਜੀ, ਨਿਸ਼ਾਨ ਜਸਵੰਤ ਸੁਣਾਉਂਦੇ ਸੱਚ ਦੇ ਹਾਲ ਜੀ, ਮੈਨੂੰ ਵੀ ਦਰਸ਼ਨ ਦੇ ਕੇ ਕਰ ਦਿਓ ਨਿਹਾਲ ਜੀ, ਦਾਸਾਂ ਦੀ
ਇਹੋ ਅਰਜੋਈ। ਜਟਾ ਜੂਟ ਜਤੀ ਦੇ ਕੁਝ ਮਨ ਵਿੱਚ ਆਇਆ, ਰਾਜਾ ਉਹਦੇ ਸੈਨ ਨੇ ਸਨ ਸੱਦ ਬੁਲਾਇਆ, ਅੰਬੜ ਵੇਖ ਕੇ ਹੱਸਿਆ ਜਿਵੇਂ ਨੁਛਨਾਇਆ, ਕਲਾਸ਼ ਪਰਬਤ ਤੋਂ ਉਤਰਿਆ ਸਲੱਖਣੀ ਦਾ ਜਾਇਆ, ਪੁੜੀ ਛੜ ਵਿੱਚ ਆ ਕੇ ਉਸ ਡੇਰਾ ਲਾਇਆ, ਅੱਗੇ ਜੋ ਕੁਝ ਹੋਣਾ ਪੜ ਭੌਰ ਸੁਣਾਇਆ, ਧੰਨ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਲਾਡਲਾ, ਸ੍ਰੀ ਚੰਦ ਸ਼ਕਤੀਮਾਨ ਬਾਲ ਬ੍ਰਹਮਚਾਰੀ ਜੋਗੀ ਰਾਜ ਉਦਾਸੀਨ ਪੱਖ ਦੇ ਝੰਡੇ ਬੁਲੰਦ ਕਰਨ ਵਾਸਤੇ ਜਗਨਨਾਥ ਪੁਰੀ ਦੇ ਰਾਜੇ ਉਹਦੇ ਸੈਨ ਦੀ ਅਰਦਾਸ ਸੁਣ ਕੇ ਮਨ ਵਿੱਚ ਤਰਸ ਆਇਆ। ਜਟਾ ਜੂਟ ਜਤੀ ਮਨ ਦੇ ਵਿੱਚ ਤਰਸ ਆਇਆ, ਠੱਟੇ ਸਿੰਧ ਵਿੱਚੋਂ ਕਰ ਲਈ ਤਿਆਰੀ ਜੀ, ਪੁਰੀ ਸ਼ਹਿਰ ਵਿੱਚ ਧੂਣਾ ਉਹਨਾਂ ਲਾ ਦਿੱਤਾ, ਵਰਤਾਉਣੀ ਹੈ ਕਲਾ ਉਹਨਾਂ ਇਸ ਥਾਂ ਨਿਆਰੀ ਜੀ, ਚੰਦਨ ਚਨਾਰ ਸਾਗਵਾਨ ਇਕੱਠਾ ਕਰ, ਧੂਣੇ ਨੇ ਸਗਾਂਦਾ ਦੂਰ ਤੀਕਰ ਖਲਾਰੀ ਜੀ, ਪੁਰੀ ਦਾ ਰਾਜਾ ਉਹਦੇ ਸੈਨ ਭੋੜਾ ਬਾਲ ਜਤੀ ਕੋਲ ਆ ਕੇ ਅਰਜ ਗੁਜ਼ਾਰੀ ਜੀ। ਬਾਲ ਜਤੀ ਕੋਲ ਆ ਕੇ ਅਰਜ ਗੁਜ਼ਾਰੀ ਹੈ, ਰਾਜਾ ਉਹਦੇ ਸੈਨ ਨੰਨ ਪੰਡਤ ਵਜ਼ੀਰ ਰਾਣੀਆਂ ਸਣੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ, ਲਾਲ ਜਵਾੜਾ ਅਤੇ ਕਈ ਪਦਾਰਥ ਭੇਟ ਕੀਤੇ, ਭਗਵਾਨ ਸ੍ਰੀ ਚੰਦ ਜੀ ਨੇ ਸਭ ਕੁਝ ਵਾਪਸ ਕਰ ਦਿੱਤਾ ਅਤੇ ਕਿਹਾ ਇਹ ਸਾਡੇ ਕਿਸੇ ਕੰਮ, ਅਸਾਂ ਦੁਨੀਆਂ ਤਿਆਗ ਦਿੱਤੀ ਹੈ, ਝੂਠੇ ਪਦਾਰਥਾਂ ਦੇ ਨਾਲ ਮੋਹ ਨਹੀਂ ਕਰੀਦਾ। ਰਾਜਾ ਹੱਥ ਬੰਨ ਕੇ ਬੇਨਤੀ ਕਰਦਾ ਹੈ, ਕਿਰਪਾ ਨਿਧਾਨ ਜੀਓ, ਐਡੇ ਵੱਡੇ ਰਾਜ ਭਾਗ ਨੂੰ ਸੰਭਾਲਣ ਵਾਲਾ ਮੇਰੇ ਘਰ ਕੋਈ ਲਾਲ ਨਹੀਂ, ਜੋਸ਼ੀਆਂ ਅਤੇ ਪੰਡਿਤਾਂ ਨੇ ਵੇਦ ਪੜ੍ਹ ਕੇ ਕਿਹਾ ਹੈ ਕਿ ਤੇਰੇ ਘਰ ਸੱਤ ਜਨਮਾਂ ਤੱਕ ਕੋਈ ਪੁੱਤਰ ਜਨਮ ਨਹੀਂ ਲੈ ਸਕਦਾ, ਸ਼ਾਹੀ ਮਹਿਲ ਸੁੰਦਰ ਸਜਾਵਟਾਂ ਮੈਨੂੰ ਖਾਣ ਨੂੰ ਪੈਂਦੀਆਂ ਏ, ਕਿਰਪਾ ਨਿਧਾਨ ਜੀਓ ਮੇਰੀ ਕਿਸਮਤ ਨੂੰ ਉਡੰਗੋ, ਮੈਂ ਜੱਗ ਤੋਂ ਨਿਰਾਸ਼ ਨਾ ਜਾਵਾਂ। ਜਿਵੇਂ ਰਾਜੇ ਉਹਦੇ ਸੈਨ ਨੇ ਬੇਨਤੀ ਕੀਤੀ, ਮੇਰੇ ਸਾਥੀ ਇਉਂ ਬਿਆਨ ਕਰਦੇ ਹੈ। ਉਹਦੇ ਸੈਨ ਰਾਜਾ ਤੂਣੇ ਪਾਸ ਆਇਆ ਜੀ, ਭੇਟਾ ਰੱਖ ਸੀ ਸੱਚਾ ਰਾਨੀ ਨਵਾਇਆ ਜੀ, ਗਲ ਵਿੱਚ ਪੱਲਾ ਦਾ ਧਿਆ ਮੈਂ ਪਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ, ਹੀਰੇ ਪੰਨੇ ਮੋਤੀ ਰਾਜੇ ਭੇਟਾ ਤਾਰੀ ਕੇ ਕਰਦਾ ਯਾ ਰਜ ਦੋਵੇਂ ਨੈਣ ਪਾਰੀ ਕੇ, ਕਰੋ ਅਪਕਾਰ ਕਦੇ ਨਾ ਭੁਲਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਮਿਹਰਬਾਨ ਦਾਤਾ ਤੁਸੀਂ ਕਿਰਪਾ ਨਿਧਾਨ ਜੀ, ਬੱਚਿਆਂ ਨਾ ਹੁੰਦੀ ਜਾਗਾਂ ਵਿੱਚ ਸ਼ਾਨ ਜੀ, ਤੁਹਾਡਾ ਦਰ ਛੱਡ ਕੇ ਕਿਧਰ ਜਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਏਡਾ ਵੱਡਾ ਰਾਜ ਮੈਨੂੰ ਸੁਣਾ ਜਾਵਦਾ, ਸਬਨਲ ਹੋ ਗਿਆ ਮਲਾਪ ਆਪਦਾ, ਹੁਣ ਗੋਤੇ ਗਮ ਵਾਲੇ ਕਾਨੂੰ ਖਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਜੋ ਤਸੀਨ ਜੁਮੀਆਂ ਨੇ ਦਿਲ ਤੋੜਿਆ, ਗਮਾਂ ਵਿੱਚ ਦਿਲ ਮੇਰਾ ਉਹਨਾਂ ਰੋੜਿਆ, ਹੋੜ ਲਾ ਕੇ ਘਰ ਘਰ ਦਿਓ ਸਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਵੇਦ ਖੋਲ ਪੰਡਤਾਂ ਨੇ ਮੈਨੂੰ ਦੱਸਿਆ, ਤੇਰੇ ਵਿੱਚ ਕਰਮ ਹਨੇਰ ਮੱਸਿਆ, ਦਾਨ ਵਿੱਚ ਦਿੱਤੀਆਂ ਕਪਲ ਗਾਵਾਂ ਜੀ, ਦਾਨ ਵਿੱਚ ਦਿੱਤੀਆਂ ਕਪਲ ਗਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਇਹ ਮਹਿਲਾਂ ਵਿੱਚ ਪੰਡਿਤਾਂ ਬਚਨ ਬੋਲਿਆ, ਮਹਿਲਾਂ ਵਿੱਚ ਪੰਡਿਤਾਂ ਬਚਨ ਬੋਲਿਆ, ਰਾਣੀਆਂ ਦਾ ਰੂਪ ਗਮਾਂ ਨੇ ਮਧੋਲਿਆ, ਮਿੱਟੀ ਰੋਲ ਗਈਆਂ ਲਈਆਂ ਜੋ ਲਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਇਹ ਮੇਰਾ ਦੇ ਭੰਡਾਰੀ ਪੌੜਾ ਇੰਜ ਬੋਲਦੇ, ਰਸਨਾ ਤੋਂ ਨਾਮ ਦੇ ਤਰਾਜੂ ਤੋਲਦੇ, ਉਦਾਸੀਆਂ ਦੇ ਝੰਡੇ ਪੁਰੀ ਚ ਚਲਾਵਾਂ ਜੀ, ਉਦਾਸੀਆਂ ਦੇ ਝੰਡੇ ਪੁਰੀ ਚ ਚਲਾਵਾਂ ਜੀ, ਪੁੱਤਰ ਦਾ ਮੁਖ ਵੇਖਣਾ ਮੈਂ ਚਾਹਵਾਂ ਜੀ। ਰਾਜਾ ਉਹਦੇ ਸੈਨ ਦੇ ਨੇਤਰਾਂ ਚੋਂ ਨੀਂਦ ਡੁੱਲਦਾ ਵੇਖ ਕੇ ਸ਼ਿਵ ਭੋਲੇ ਭੰਡਾਰੀ ਆਪਣੇ ਧੂਣੇ ਤੋਂ ਉੱਠੇ, ਰਾਜੇ 'ਤੇ ਦਿਆਲ ਹੋ ਕੇ ਕਹਿਣ ਲੱਗੇ, ਜਾ ਰਾਜਨ ਤੇਰੇ ਘਰ ਚੰਨ ਤੋਂ ਸੋਹਣਾ
ਮੱਖਣ ਤੋਂ ਕੂੜਾ, ਮਿਸ਼ਰੀ ਤੋਂ ਮਿੱਠਾ, ਦੁੱਧ ਚਿੱਟਾ, ਸੁੰਦਰ ਅਤੇ ਸੋਹਣਾ ਤੇਜ ਪ੍ਰਤਾਪ ਵਾਲਾ ਲੜਕਾ ਪੈਦਾ ਹੋਵੇਗਾ। ਨਿਰਾਸ਼ ਨਾ ਹੋ, ਗਰੀਬਾਂ ਨੂੰ ਦਾਨ ਕਰਿਆ ਕਰ, ਸਾਧਾ ਸੰਤਾਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰ। ਤੇਲਾ ਲਾਡਲਾ ਵੀ ਚੰਗੇ ਤੇਜ਼ ਪ੍ਰਤਾਪ ਵਾਲਾ ਹੋਵੇਗਾ। ਜਾਂ ਮੌਜਾਂ ਕਰ, ਵੇਦਾਂ ਨਾਲੋਂ ਸੰਤਾਂ ਦੇ ਹੁੰਦੇ ਨਹੀਂ ਬਚਨ ਉੱਚੇ। ਤਪ ਤੇਜ ਵਾਲਾ ਪੁੱਤਰ ਘਰ ਤੇਰੇ ਆਵੇਗਾ, ਰਹਿੰਦੀ ਦੁਨੀਆਂ ਤੱਕ ਚਮਕੂਗਾ ਨਾਮ ਤੇਰਾ, ਪੁੱਤਰ ਵੀ ਮਾਨ ਤੇਰਾ ਜੱਗ ਵਿੱਚ ਪਾਵੇਗਾ। ਗਰੀਬਾਂ ਦਾ ਦਿਲ ਕਦੇ ਵੀ ਦਿਖਾਵੀ ਨਾ ਭੁੱਲ, ਮਿਲੇਗੀ ਮੁਰਾਦ ਉਹ ਜਿਹੜੀ ਮੁੱਖੋਂ ਚਾਹਵੇਂਗਾ। ਇੰਨੀ ਕਹਿ ਕੇ ਸ੍ਰੀ ਚੰਦ ਜੀ ਲੋਪ ਹੋ ਗਏ। ਸਮਾਂ ਬੀਤਦਾ ਗਿਆ, ਪੂਰੇ 10 ਮਹੀਨੇ ਮਗਰੋਂ ਰਾਜੇ ਦੇ ਘਰ ਸੁੰਦਰ ਲੜਕੇ ਨੇ ਜਨਮ ਲਿਆ। ਜਗਨਨਾਥਪੁਰੀ ਦੇ ਮੰਦਿਰਾਂ ਵਿੱਚ ਜੱਗ ਲਵਾ ਦਿੱਤਾ ਗਿਆ, ਗਰੀਬਾਂ ਨੂੰ ਦਿਲ ਖੋਲ੍ਹ ਕੇ ਦਾਨ ਕੀਤਾ, ਸੰਤਾਂ ਮਹਾਤਮਾ ਨੂੰ ਵਸਤਰ ਭੇਟਾ ਕੀਤੇ ਗਏ, ਰਾਤ ਨੂੰ ਭਜਨ ਪਾਠ ਪੂਜਾ ਜੱਗ ਕੀਤਾ ਗਿਆ, ਚੰਗੇ ਪੰਡਿਤਾਂ ਨੂੰ ਸੱਦ ਕੇ ਲੜਕੇ ਦੀ ਜਨਮ ਪੱਤਰੀ ਬਣਵਾਈ, ਪੰਡਿਤਾਂ ਨੇ ਫਿਰ ਰੰਗ ਵਿੱਚ ਭੰਗ ਪਾ ਦਿੱਤੀ। ਰਾਜੇ ਦੇ ਪੁੱਛਣ 'ਤੇ ਜੋਸ਼ੀਆਂ ਨੇ ਕੰਬਦੇ ਦਿਲ ਨਾਲ ਕਿਹਾ, ਰਾਜਾ ਇਸ ਬੱਚੇ ਦੀ ਉਮਰ 11 ਸਾਲ 11 ਮਹੀਨੇ ਅਤੇ 11 ਦਿਨ ਹੈ, ਫਿਰ ਆਪ ਨੂੰ ਇਸ ਬੱਚੇ ਦਾ ਦੁੱਖ ਵੇਖਣਾ ਪਵੇਗਾ। ਇਹ ਬੋਲ ਰਾਜੇ ਦੇ ਸੀਨੇ 'ਤੇ ਬੰਬ ਬਣ ਕੇ ਵੱਜੇ, ਅੱਖਾਂ ਅੱਗੇ ਹਨੇਰ ਸਾ ਗਿਆ। ਸਮਾਂ ਬੀਤਦਾ ਗਿਆ, ਉਹ ਦਿਨ ਆ ਗਿਆ। ਬਾਕੀ 11 ਦਿਨ ਰਹਿਣ 'ਤੇ ਰਾਜੇ ਨੇ ਨੌਕਰ ਸੋਹਣੇ ਵਸਤਰ ਪਵਾ ਕੇ ਸੈਰ ਦੇ ਬਹਾਨੇ ਜੰਗਲ ਉਜਾੜ ਵਿੱਚ ਛੱਡ ਆਏ। ਆਪ ਤਾਂ ਨੌਕਰ ਖਿਸਕ ਆਏ, ਮਾਸੂਮ ਬੱਚਾ ਡੋੜਿਆ ਸੀ। ਲੜਕਾ ਅਰਦਾਸ ਕਰਦਾ ਹੈ ਅਤੇ ਬਾਬਾ ਸ੍ਰੀ ਚੰਦ ਜੀ ਪੁਰੀ ਦੇ ਜੰਗਲਾਂ ਵਿੱਚ ਜਾ ਕੇ ਜਿਵੇਂ ਉਸ ਲੜਕੇ ਦੀ ਰੱਖਿਆ ਕਰਦੇ ਨੇ, ਉਸ ਵੇਲੇ ਦੇ ਹਾਲਾਤ ਨੂੰ ਇਹਨਾਂ ਲੈਣਾ ਰਾਹੀਂ ਇੰਜ ਬਿਆਨ ਕੀਤਾ ਜਾ ਰਿਹਾ। ਦੇਣ ਗਿਣਤੀ ਦੇ ਰਹਿ ਗਏ ਥੋੜੇ, ਵੱਡਾ ਸਾਰਾ ਕਰ ਹੌਸਲਾ, ਸੋਹਣੀ ਵਰਦੀ ਸੋਹਣੀ ਵਰਦੀ ਪਵਾ ਕੇ ਰਾਜੇ ਨੇ, ਇਹ ਨੌਕਰਾਂ ਦੇ ਨਾਲ ਤੋਰਤਾਂ ਨਾਲੇ ਪੱਕੀਆਂ ਨਾਲੇ ਪੱਕੀਆਂ ਪਕਾਈਆਂ ਰਾਜੇ ਨੇ, ਇਹ ਸੈਰ ਦੇ ਬਹਾਨੇ ਲੈ ਜਾਓ ਘਣੇ ਜੰਗਲ, ਉਹ ਘਣੇ ਜੰਗਲ ਅਜਾੜੀ ਵਿੱਚ ਛੱਡ ਕੇ, ਤੁਸੀਂ ਪਿੱਛੇ ਆ ਜਾਇਓ ਹੁਕਮ ਮੰਨ ਕੇ, ਹੁਕਮ ਮੰਨ ਕੇ ਰਾਜੇ ਦਾ ਨੌਕਰਾ, ਇਹ ਜੰਗਲ ਵਿੱਚ ਆ ਕੇ ਛੱਡ ਗਏ ਬੀਆ ਬਾਣ, ਬੀਆ ਬਾਣ ਵਿੱਚ ਕੱਲਾ ਬੱਚਾ ਰਹਿ ਗਿਆ, ਇਹ ਉੱਚੀ ਉੱਚੀ ਰੋ ਰਿਹਾ ਸੀ ਸੱਚੇ ਦਿਲ ਨਾ, ਸੱਚੇ ਦਿਲ ਨਾ ਅਰਦਾਸ ਬੱਚੇ ਕੀਤੀ, ਤੇ ਪਵਨ ਰੂਪ ਹੋ ਕੇ ਆ ਗਏ ਜਿਸ ਥਾਂ ਤੇ, ਜਿਸ ਥਾਂ ਤੇ ਹਾਂ ਜਿਸ ਥਾਂ ਤੇ ਬੱਚਾ ਸੀ ਰੋ ਰਿਹਾ, ਇਹ ਧੂਣਾ ਆ ਕੇ ਉੱਥੇ ਲਾ ਦਿੱਤਾ, ਧੂਣਾ ਆ ਕੇ ਉੱਥੇ ਲਾ ਦਿੱਤਾ, ਧੂਣਾ ਵੇਖ ਕੇ, ਉਹ ਧੂਣਾ ਵੇਖ ਕੇ ਬੱਚਾ ਉੱਥੇ ਆ ਗਿਆ, ਇਹ ਮੇਰ ਹੋ ਗਈ ਸ੍ਰੀ ਚੰਦ ਦੀ ਭਾਈ ਕਮਲੀਏ, ਉਹ ਭਾਈ ਕਮਲੀਏ ਜੰਗਲੀ ਵਿੱਚ ਜਾ ਕੇ ਮੇਵਿਆਂ ਦੇ ਢੇਰ ਲਾ ਦਿੱਤੇ ਆਪ ਛਕ ਦੇ, ਉਹ ਆਪ ਛਕ ਦੇ ਛਕਾਉਂਦੇ ਨਾਲੇ ਬੱਚੇ ਨੂੰ, ਇਹ ਦਿਨੋ ਦਿਨ ਜਾਵੇ ਸੁੱਕਦਾ, ਦਿਨੋ ਦਿਨ ਜਾਵੇ ਸੁੱਕਦਾ ਭਾਈ ਕਮਲੀਏ, ਉਹ ਭਾਈ ਕਮਲੀਏ ਕਿਹਾ ਮਹਾਰਾਜ ਜੀ, ਇਹ ਪੁੱਛੋ ਇਹਨੂੰ ਕਾਹਦਾ ਦੁੱਖ ਹੈ ਫਲ ਖਾ ਕੇ, ਉਹ ਫਲ ਖਾ ਕੇ ਸੁੱਕਦਾ ਜਾਵੇ, ਇਸ ਦਾ ਇਲਾਜ ਕਰੀਏ ਬਾਲ ਜਤੀ ਨੇ, ਬਾਲ ਜਤੀ ਨੇ ਬਾਲ ਜਤੀ ਨੇ ਪਿਆਰੇ ਨਾ ਪੁੱਛਿਆ, ਇਹ ਕੀ ਹੈ ਕਾਕਾ ਦੁੱਖ ਆਪ ਨੂੰ ਬੱਚਾ ਸੁਣ ਕੇ, ਉਹ ਬੱਚਾ ਸੁਣ ਕੇ
ਉੱਚੀ ਉੱਚੀ ਰੋ ਰਿਹਾ। ਇਹ ਦੱਸਿਓ ਸਾਰੀ ਵਾਰਤ ਮੈਨੂੰ ਮੌਤ ਦਾ, ਮੈਨੂੰ ਮੌਤ ਦਾ ਗਾਵਾਂ ਹੈ ਸਤਾਉਂਦਾ। ਇਹ ਬਾਕੀ ਦਿਨ ਥੋੜੇ ਰਹਿ ਗਏ ਮੇਰੀ ਮੌਤ ਮੈਨੂੰ, ਮੇਰੀ ਮੌਤ ਮੈਨੂੰ, ਮੇਰੀ ਮੌਤ ਮੈਨੂੰ ਸਹਿਣ ਤਾਂ ਮਾਰੇ। ਇਹ ਮੈਂ ਤੈਨੂੰ ਖਾ ਜਾਵਣਾ ਲਾਲ ਵੇ, ਲਾਲ ਵੇ ਪੌੜ ਤੇ ਉੱਡ ਜਾਵਣਾ ਨਾ ਨਿਹਾਲ ਵੇ। ਬਾਲ ਜੱਤੀ ਨੇ ਪ੍ਰੇਮ ਨਾਲ ਪੁੱਛਿਆ, ਜੰਗਲਾਂ 'ਚ ਕਿਵੇਂ ਆ ਗਿਆ, ਸਾਨੂੰ ਜਾਪਦਾ ਦਲਾੜਾ ਵੱਡੇ ਘਰ ਦਾ, ਖਫਣੀਏ ਪਾਈ ਕਸ ਤੋਂ ਬੱਚਾ ਸੁਣ ਕੇ ਉੱਚੀ ਉੱਚੀ ਡੋਪਿਆ, ਬਾਬਾ ਜੀ ਨੂੰ ਰਿਹਾ ਦੱਸ ਸੀ ਉਹਦੇ ਸੈਣ ਦਾ ਪੁੱਤਰ ਮੈਂ ਬਾਬਾ ਜੀ, ਰਾਜਾ ਹਾਂ ਇਸ ਸ਼ਹਿਰ ਦਾ, ਬੜੇ ਸੰਤਾਂ ਨੇ ਵਰ ਦਿੱਤੇ ਪਿਤਾ ਨੂੰ ਤਾਂ ਮੇਰਾ ਜਨਮ ਹੋਇਆ, ਮੇਰੇ ਪਿਤਾ ਨੇ ਮਨਾਈਆਂ ਬਹੁਤ ਖੁਸ਼ੀਆਂ, ਫਿਰ ਉਸ ਸੱਦੇ ਪੰਡਿਤ, ਜਨਮ ਪੱਤਰੀ ਬਣਾਓ ਇਸ ਬੱਚੇ ਦੀ, ਪੰਡਿਤ ਇਕੱਠੇ ਕਰ ਲਏ, ਉਹਨਾਂ ਰੰਗ ਵਿੱਚ ਭੰਗ ਫਿਰ ਪਾ ਦਿੱਤਾ, ਇਸ ਦੀ ਉਮਰ ਥੋੜ੍ਹੀ ਹੈ, ਜਾੜਾਂ ਸਾਲ ਅਤੇ ਜਾੜਾਂ ਮਹੀਨੇ ਦੱਸ ਕੇ ਜਾੜਾਂ ਦਿਨ ਹੋਰ ਜੋੜ ਕੇ ਫਿਰ ਇਸ ਦਾ ਪਵੇਗਾ ਦੁੱਖ ਸਹਿਣਾ, ਤਾਂਹੀਓ ਮੈਨੂੰ ਇੱਥੇ ਛੱਡ ਗਏ, ਜੇ ਆਪ ਦੇ ਦਦਾਰ ਨਾ ਹੁੰਦੇ ਮੈਨੂੰ ਕਿਸੇ ਮਾਰ ਦੇਣਾ ਸੀ, ਮੈਨੂੰ ਮੌਤ ਦਾ ਸਦਾਵੇ ਡਰ ਬਾਬਾ ਜੀ, ਹੋਰ ਦੁੱਖ ਮੈਨੂੰ ਕੋਈ ਨਾ। ਬਾਲ ਜੱਤੀ ਨੇ ਡੋਲੇ ਹੋਏ ਮਾਸੂਮ ਬੱਚੇ ਨੂੰ ਦਲਾਸਾ ਦੇ ਕੇ ਕਿਹਾ, ਕਾਕਾ ਤੇਰੀ ਕੁੰਡਲੀ ਪੰਡਿਤਾਂ ਪਾਸੋਂ ਵਾਚੀ ਨਹੀਂ ਗਈ, ਤੇਰੀ ਉਮਰ 111 ਸਾਲ, ਜਾੜਾਂ ਮਹੀਨੇ ਅਤੇ ਜਾੜਾਂ ਦਿਨ ਹੈ। ਬੱਚੇ ਦੀ ਅਰਦਾਸ ਸੁਣੀ ਬਾਬਾ ਸ੍ਰੀ ਚੰਦਰ ਜੀ ਨੇ, ਜਤੀਨਾਥਪੁਰੀ ਵਿੱਚੋਂ ਚਰਨ ਉਹਨਾਂ ਪਾਇਆ ਹੈ, ਚੰਦਰ ਚਨਾਰ ਬੇਰੀ ਸਾਗਵਾਨ ਇਕੱਠਾ ਕਰ ਜੰਗਲੀ ਦੇ ਵਿੱਚ ਉਹਨਾਂ ਧੂਣਾ ਆਣ ਲਾਇਆ ਹੈ, ਸਵਰਗ ਦੇ ਰੂਪ ਵਿੱਚ ਜੰਗਲ ਉਦੋਂ ਹੋ ਗਿਆ, ਰੋਂਦਾ ਹੋਇਆ ਬਾਲਕ ਵੀ ਧੂਣੇ ਪਾਸ ਆਇਆ ਹੈ, ਆਦਰ ਦੇ ਨਾਲ ਪੋੜਾ ਉਸ ਨੂੰ ਬਿਠਾਇਆ, ਫਲਾਂ ਦਾ ਭੰਡਾਰਾ ਉਹਨਾਂ ਬੱਚੇ ਨੂੰ ਛਕਾਇਆ ਹੈ। ਸ੍ਰੀ ਚੰਦ ਜੀ ਆਖਿਆ, ਸੁਣ ਬੜਖੁਰਦਾੜਾ, ਜੋਤ ਸੇੜਾ ਨਹੀਂ ਲੱਗਿਆ ਨਾ ਹੋ ਦੁਖਿਆੜਾ, ਮੇਲ ਕੁੰਡਲੀ ਦੱਸੀਏ ਫਿਰ ਅਸੀਂ ਦੁਬਾੜਾ, ਬੇਪਰਵਾਹ ਹੋ ਕੇ ਸੰਤ ਜੀ ਇਉਂ ਬਚਨ ਅਚਾੜਾ, ਸਾਡਾ ਬਚਨ ਅਟਲ ਹੈ ਲੈ ਸੁਣ ਪਕਾੜਾ, ਉਮੜ 111 ਸਾਲ ਹੈ ਲੈ ਭੌੜ ਨਜਾੜਾ। ਇਹ ਸੁਣ ਕੇ ਬਾਲਕ ਚਰਨਾਂ 'ਤੇ ਡਿੱਗ ਪਿਆ, ਸਾਰੇ ਗਮ ਦੂੜ ਹੋ ਗਏ ਧੂਣੇ 'ਤੇ ਸੇਵਾ ਕਰਦੇ ਨੂੰ। ਲੋਕਾਂ ਨੇ ਵੇਖ ਕੇ ਰਾਜੇ ਨੂੰ ਕਿਹਾ, ਰਾਜਾ ਤੇਰਾ ਪੁੱਤਰ ਸੰਤਾਂ ਦੀ ਸੇਵਾ ਕਰਦਾ, ਧੂਣੇ 'ਤੇ ਅਸਾਂ ਵੇਖਿਆ ਏ, ਜਾ ਕੇ ਦਰਸ਼ਨ ਕਰਿਆ। ਇਹ ਖੁਸ਼ੀ ਦਾ ਸੁਨੇਹਾ ਸੁਣ ਕੇ ਰਾਜਾ ਪਰਿਵਾਰ ਸਮੇਤ ਧੂਣੇ 'ਤੇ ਪੁੱਜਾ, ਭੇਟਾ ਰੱਖੀ, ਬੱਚੇ ਨੂੰ ਘੁੱਟ ਕੇ ਛਾਤੀ ਦੇ ਨਾਲ ਲਾ ਕੇ ਪਿਆਰ ਦਿੱਤਾ। ਭੋਲੇ ਭੰਡਾਰੀ ਰਾਜੇ ਨੂੰ ਇਸ ਬੱਚੇ ਦੀ ਬਾਬਤ ਜਿਵੇਂ ਦੱਸ ਰਹੇ ਨੇ, ਮੇਰੇ ਨਾਲ ਦੇ ਸਾਥੀ ਵੀਰ ਜਸਵੰਤ ਸਿੰਘ ਚੂਸਲੇਵੜ, ਲਖਵਿੰਦਰ ਸਿੰਘ ਸਬੜਾ ਇਹੋ ਬਿਆਨ ਕਰਦੇ। ਬਾਬਾ ਸ੍ਰੀ ਚੰਦ ਮੁੱਖ ਵਿੱਚ ਬੋਲਦੇ, ਸੋਹਣੇ ਬਚਨ ਰਾਜੇ ਪਾਸ ਖੋਲਦੇ, ਅਸੀਂ ਸੱਚ ਦੇ ਤਰਾਜੂ ਸਦਾ ਤੋਲਦੇ, ਅਸੀਂ ਧੀਰਜ ਤੁਰਾਉਣ ਆਏ ਤੇਰੇ ਲਾਲ ਦੀ, ਤੇਰੇ ਬੱਚੇ ਦੀ, ਤੇਰੇ ਬੱਚੇ ਦੀ ਉਮਰ 111 ਸਾਲ ਦੀ, ਤੇਰੇ ਬੱਚੇ ਦੀ। ਤੁਹਾਨੂੰ ਪੰਡਿਤਾਂ ਨੇ ਗਮ ਵਿੱਚ ਪਾ ਦਿੱਤਾ, 111 ਦਾ ਅੱਖਰ ਉਹਨੂੰ ਲਾ ਦਿੱਤਾ, ਲਿਖ ਕੁੰਡਲੀ ਦੇ ਵਿੱਚ ਉਹਨਾਂ ਪਾ ਦਿੱਤਾ, ਐਵੇਂ ਭਰਮਾਂ 'ਚ ਪਾਉਣਾ ਕਾਸ ਦੀ ਦਨਾਈ ਏ, ਨਹੀਂ ਕੁੰਡਲੀ, ਨਹੀਂ ਕੁੰਡਲੀ ਬਣਾਉਣੀ ਉਹਨਾਂ ਤਾਈਂ ਆਈ ਏ, ਨਹੀਂ ਕੁੰਡਲੀ। ਇਹ ਬਜਨ ਫੱਕਰਾਂ ਦੇ ਵੇਦਾਂ ਨਾਲ ਉੱਚਿਆ, ਬੋਲ ਰਸਨਾ ਤਾਂ ਬੋਲਦੇ ਸਮੁੱਚਿਆ, ਅਸੀਂ ਹਾਰ ਚ ਪਰਾਉਂਦੇ ਮੋਤੀ ਸੁੱਚਿਆ, ਤਰ ਖੜ ਕਿਸੀ ਗਮਾਂ ਵਾਲੀ ਤੇਰੇ ਲਾਲ ਦੀ, ਤੇਰੇ ਬੱਚੇ ਦੀ, ਤੇਰੇ ਬੱਚੇ ਦੀ ਉਮਰ 111 ਸਾਲ ਦੀ, ਤੇਰੇ ਬੱਚੇ ਦੀ। ਉਹ ਰੱਬ ਫੱਕਰਾਂ ਦੇ ਵਸ ਵਿੱਚ ਰਹਿੰਦਾ ਏ, ਸਦਾ ਫੱਕਰਾਂ ਦੀ ਰਸਨਾ ਤੇ ਬਹਿੰਦਾ ਏ, ਸਾਡੇ ਬਦਲੇ ਤੁਸੀਂ ਇਹ ਆਪ ਸਹਿੰਦਾ ਏ, ਇਸ ਗੱਲ ਵਿੱਚ ਜਤ ਅਸੀਂ ਸਹਿਣ ਆਈਏ, ਨਹੀਂ ਕੁੰਡਲੀ, ਨਹੀਂ ਕੁੰਡਲੀ ਬਣਾਉਣੀ ਉਹਨਾਂ ਤਾਈਂ ਆਈਏ, ਨਹੀਂ ਕੁੰਡਲੀ। ਇਹ ਹੁਣ ਫਿਕਰਾਂ ਦੀ ਰਾਜਾ ਤੈਨੂੰ ਲੋੜ ਨਾ, ਹੁਣ ਫਿਕਰਾਂ ਦੀ ਰਾਜਾ ਤੈਨੂੰ ਲੋੜ ਨਾ,
ਕਿਸੇ ਗੱਲ ਦੀ ਵੀ ਆ ਉਹ ਤੁਹਾਨੂੰ ਥੋੜਨਾ, ਮੋੜ ਮੋੜ ਕੇ ਤੂੰ ਐਵੇਂ ਹੱਥ ਜੋੜਨਾ, ਸਦਾ ਜ਼ਿੰਦਗੀ ਜੀਵੇਗਾ ਇਹ ਤਾਂ ਖੁਸ਼ਹਾਲ ਦੀ, ਤੇਰੇ ਬੱਚੇ ਦੀ, ਤੇਰੇ ਬੱਚੇ ਦੀ ਉਮਰ 111 ਸਾਲ ਦੀ, ਤੇਰੇ ਬੱਚੇ ਦੀ। ਚੰਗੇ ਤਪ ਤੇਜ ਵਾਲਾ ਰਾਜਾ ਹੋਵੇਗਾ, ਸੁੱਧ ਬੀਜ ਸਦਾ ਰਾਜ ਵਿੱਚ ਬੋਵੇਗਾ, ਢੋਏ ਸੰਤਾਂ ਦੇ ਦਰ ਤੇ ਵੀ ਢੋਏਗਾ, ਇਹਦੇ ਰਾਜ ਵਿੱਚ ਕੰਮ ਹੋਣਗੇ ਭਲਾਈ ਏ, ਨਹੀਂ ਕੁੰਡਲੀ ਨਹੀਂ ਕੁੰਡਲੀ ਬਣਾਉਣੀ ਉਹਨਾਂ ਤਾਂ ਹੀ ਆਈ ਏ, ਨਹੀਂ ਕੁੰਡਲੀ। ਇਹਨੂੰ ਨਾਮ ਦੇ ਰੰਗਣ ਵਿੱਚ ਰੰਗਤਾਂ, ਦਿਲ ਵਿੱਚੋਂ ਵੀ ਗਵਾਤੀ ਇਹਦੀ ਹੰਗਤਾਂ, ਸਦਾ ਕਰੂਗਾ ਇਹ ਸੰਤਾਂ ਦੀ ਸੰਗਤਾਂ, ਤੇਰੇ ਚੱਲ ਨਾ ਕੋ ਸਗੋਂ ਕੋਈ ਇਸ ਦੇ ਜਲਾਲ ਦੀ, ਤੇਰੇ ਬੱਚੇ ਦੀ, ਤੇਰੇ ਬੱਚੇ ਦੀ ਉਮਰ 111 ਸਾਲ ਦੀ, ਤੇਰੇ ਬੱਚੇ ਦੀ। ਹੁਣ ਜਾਓ ਤੁਸੀਂ ਅਸਾਂ ਅੱਗੇ ਜਾਵਣਾ, ਆਇਆ ਹੁਕਮ ਜੋ ਅਸਾਂ ਨੇ ਨਿਭਾਵਣਾ, ਸਦਾ ਭੌਰ ਨਹੀਂ ਚੰਬੇ 'ਚ ਫੇਰਾ ਪਾਵਣਾ, ਇਸ ਗੱਲ ਵਿੱਚ ਰਾਜਿਆਂ ਨਾਲ ਝੂਠ ਕਾਈਏ, ਨਹੀਂ ਕੁੰਡਲੀ ਨਹੀਂ ਕੁੰਡਲੀ ਬਣਾਉਣੀ ਉਹਨਾਂ ਤਾਂ ਹੀ ਆਈਏ, ਨਹੀਂ ਕੁੰਡਲੀ। ਰਾਜਾ, ਪੰਡਤਾਂ ਦੀਆਂ ਪੱਤਰੀਆਂ ਫੱਕਰਾਂ ਦੇ ਬਚਨ ਨਾਲੋਂ ਨੀਵੀਆਂ ਹੁੰਦੀਆਂ ਨੇ, ਫੱਕੜ ਫਿੱਕੀਆਂ ਤਕਦੀਰਾਂ ਨੂੰ ਰੰਗ ਦੇ ਸਕਦੇ ਨੇ, ਰੇਖ ਵਿੱਚ ਮੇਖ ਮਾਰ ਸਕਦੇ ਨੇ, ਫੱਕੜ ਸਦਾ ਬੇਪਰਵਾਹ ਹੁੰਦੇ ਨੇ, ਇਹਨਾਂ ਦੇ ਬਚਨ ਰੱਬ ਵੀ ਨਹੀਂ ਮੋੜ ਸਕਦਾ, ਸਾਧੂ ਹੁੰਦੇ ਨਿਆੜੇ ਨੇ ਜਗ ਉੱਤੋਂ, ਵਿੱਚ ਖੇਹ ਦੇ ਮੋਤੀ ਖਿਲਾਰ ਦਿੰਦੇ, ਸਾਧੂ ਫਲ ਲਾਉਂਦੇ ਉਹਨਾਂ ਬੂਟਿਆਂ ਨੂੰ ਜਿਹੜੇ ਮੁੱਢ ਤੋਂ ਕੰਡੇ ਠਾੜ ਦਿੰਦੇ, ਸਾਧੂ ਹੋ ਜਾਣ ਦਿਆਲ ਕਿਸੇ 'ਤੇ, ਦੁੱਧ ਪੁੱਤ ਅਤੇ ਪਦਮਣੀ ਨਾਰ ਦਿੰਦੇ, ਸਾਧੂ ਹੋ ਜਾਣ ਨਾਰਾਜ਼ ਕਿਸੇ ਨਾਲ, ਹੜ ਗੱਲ 'ਤੇ ਉਸਨੂੰ ਹਾਰ ਦਿੰਦੇ, ਬਲੀ ਸਿੰਘਾਂ ਕੀ ਛਿੜ ਉਚਾੜਨੇ ਨੇ, ਸਾਧੂ ਡੁੱਬਦਿਆਂ ਦੇ ਬੇੜੇ ਤਾੜ ਦਿੰਦੇ। ਫਿਰ ਬੱਚੇ ਨੂੰ ਕਿਹਾ, ਕਾਕਾ ਆਪਣੇ ਮਾਤਾ ਪਿਤਾ ਦੇ ਨਾਲ ਘਰ ਜਾ, ਤੇਰੇ ਕਰਮਾਂ ਦੇ ਵਿੱਚ ਰਾਜ ਭਾਗ ਹੈ। ਬੱਚਾ ਤੋਤਲੀ ਜ਼ਬਾਨ ਵਿੱਚ ਕਹਿੰਦਾ ਹੈ, ਮਹਾਰਾਜ ਮੈਂ ਆਪ ਜੀ ਦੇ ਪਾਸ ਰਹਿਣਾ ਹੈ, ਮੈਨੂੰ ਰਾਜ ਦੀ ਲੋੜ ਨਹੀਂ ਹੈ। ਫਿਰ ਸ੍ਰੀ ਚੰਦ ਨੇ ਕਿਹਾ, ਕਾਕਾ ਤੇਰੇ ਕਰਮਾਂ ਵਿੱਚ ਰਾਜ ਭਾਗ ਹੈ, ਫਕੀਰੀ ਨਹੀਂ, ਤੂੰ ਸਾਨੂੰ ਸਦਾ ਹੀ ਯਾਦ ਕਰੇਗਾ, ਅਸੀਂ ਸਦਾ ਤੇਰੇ ਕੋਲ ਹਾਜ਼ਰ ਹੋਵਾਂਗੇ। ਬੱਚੇ ਨੂੰ ਮਾਪਿਆਂ ਨਾਲ ਤੋੜ ਕੇ ਸ੍ਰੀ ਚੰਦ ਜੀ ਲੋਪ ਹੋ ਗਏ। ਇਸ ਪਿੱਛੋਂ ਰਾਜੇ ਨੇ ਬਾਬਾ ਜੀ ਦੀ ਯਾਦ ਵਿੱਚ ਮੰਦਰ ਤਿਆਰ ਕਰਵਾਇਆ, ਸੰਤ ਮਹਾਤਮਾ ਦੀ ਸੇਵਾ ਹੁੰਦੀ ਰਹੀ। ਅੱਜ ਦੇ ਦੀਵਾਨ ਵਿੱਚ ਇੰਨੀ ਕੀ ਹਾਜ਼ਰੀ ਪ੍ਰਵਾਨ ਕਰਿਓ, ਬਹੁਤ ਛੇਤੀ ਬਾਬਾ ਸ੍ਰੀ ਚੰਦ ਅਤੇ ਬਾਬਾ ਗੁਰਦਿੱਤਾ ਜੀ ਦਾ ਮਿਲਾਪ ਦਾ ਪ੍ਰਸੰਗ ਲੈ ਕੇ ਹਾਜ਼ਰ ਹੋਵਾਂਗੇ। ਹਰ ਪ੍ਰੋਗਰਾਮ 'ਤੇ ਯਾਦ ਕਰਨ ਵਾਸਤੇ ਸੰਪਰਕ ਕਰੋ 99 1 57 3 1 95 98 1 59 73 9 52। ਮੋਬਾਈਲ ਨੰਬਰ ਲਾ ਕੇ ਸੰਪਰਕ ਕਰ ਸਕਦੇ ਜੇ। ਅੱਜ ਦੇ ਦੀਵਾਨ ਵਿੱਚ ਕੇਵਲ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੈਂ ਧੰਨਵਾਦੀ ਹਾਂ ਵੈਦਰਾਜ ਸਵਰਨ ਸਿੰਘ ਜੀ ਪਾਉੜ, ਬਾਬਾ ਦਾਨ ਸਿੰਘ ਜੀ ਮਨਿਆਲੇ ਵਾਲਿਆਂ ਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਚੜ੍ਹਦੀ ਕਲਾ ਦਾ ਸਬੂਤ ਦਿੰਦੇ ਹੋਏ ਸਾਡੇ ਮਾਈ ਭਾਈ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।